ਨੇ ਜਿਹੜੇ ਉਲਟੇ ਲੇਖ ਨੇ ਜਿਹੜੇ ਸਿੱਧੇ ਹੋ ਜਾ ਕਰਦੇ ਨੇ ਗੁਰੂ ਚਰਨ ਵਿੱਚ ਆ ਕੇ ਇਹਦੀ ਉਮਰ ਵੀ ਵੱਧ ਜਾਂਦੀ ਖਾਲਸਾ ਜੀ। ਜਿਹੜਾ ਬੰਦਾ ਸਿਮਰਨ ਕਰਦਾ ਉਹਦੀ ਉਮਰ ਵੱਧਦੀ ਹੈ, ਜਿਹੜਾ ਬੰਦਾ ਸਿਮਰਨ ਨਹੀਂ ਕਰਦਾ ਉਹਦੀ ਉਮਰ ਘਟਦੀ ਹੈ। ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ, ਇੱਕ ਮਹਾਂਪੁਰਸ਼ ਕਿਹਾ ਕਰਦੇ ਸਨ, ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਚਿੱਤ, ਇੱਕ ਵਧਿੰਦੀ ਆਰਜਾ ਦੂਜਾ ਸਹਿਬ ਆਵੇ ਚਿੱਤ। ਗੁਰੂ ਕੀ ਸੰਗਤ ਜਿਹੜੇ ਅੰਮ੍ਰਿਤ ਵੇਲੇ ਜਾਗਿਆ ਕਰਦੇ ਹਨ, ਗੁਰੂ ਕੀ ਸੰਗਤ ਭਾਈ ਲੰਗਾਹਰ ਲੱਗ ਤੋਂ ਲੰਗੜਾ ਸੀ। ਕਈ ਕਹਿੰਦੇ ਨੇ ਗੁਰੂ ਘਰ ਆ ਕੇ ਕੀ ਮਿਲਦਾ, ਗੁਰੂ ਘਰ ਆ ਕੇ ਮਿਲਦਾ ਕੀ ਨਹੀਂ। ਭਾਗਾਂ ਵਾਲਿਓ ਜਿਹਨੇ ਸਤਿਗੁਰੂ ਪਾਤਸ਼ਾਹ ਨੂੰ ਆਪਣਾ ਬਣਾ ਲਿਆ, ਦਾਸ ਤੇ ਕਈ ਵਾਰੀ ਆਪਣੇ ਮਨ ਨੂੰ ਕਹਿੰਦਾ ਹੁੰਦਾ, ਮਾਫ਼ ਕਰਨਾ ਗੁਰੂ ਕੀ ਸੰਗਤ, ਆਪਣੇ ਮਨ ਨੂੰ ਕਹਿੰਦਾ ਹੁੰਦਾ ਤੇਰੇ ਕੋਲ ਮਾਫ਼ ਕਰਨਾ ਤੇਰੇ ਕੋਲ ਕੀ ਨਹੀਂ। ਜਿੱਥੇ ਮਾਲਕ ਦੀ ਯਾਦ ਹੈ ਉੱਥੇ ਸਭ ਕੁਛ ਹੈ, ਜਿੱਥੇ ਮਾਲਕ ਦੀ ਯਾਦ ਨਹੀਂ ਉੱਥੇ ਕੁਛ ਵੀ ਨਹੀਂ ਹੈ। ਮਾਫ਼ ਕਰਨਾ ਭਾਗਾਂ ਵਾਲੇ, ਮਾਲਕ ਨੂੰ ਆਪਣਾ ਬਣਾ ਲਓ, ਵਹਿਰੂ ਨੂੰ ਆਪਣਾ ਬਣਾ ਲਓ। ਜਿਹਨੇ ਪਰਮੇਸ਼ਰ ਨੂੰ ਆਪਣਾ ਬਣਾ ਲਿਆ ਨਾ, ਆਪਣਾ ਬਣਾ ਲਿਆ, ਭਾਗਾਂ ਵਾਲੇ ਗੁਰੂ ਕੀ ਸੰਗਤ, ਮਾਫ਼ ਕਰਨਾ ਉਹਨੂੰ ਕਦੇ ਕੋਈ ਘਾਟਾ ਨਹੀਂ ਪੈ ਸਕਦਾ, ਕਦੇ ਕੋਈ ਕਮੀ ਨਹੀਂ ਆ ਸਕਦੀ। ਗੁਰੂ ਘਰ ਵਿੱਚ ਜਾਣ ਵਾਲਿਆਂ ਦੇ ਮੱਥੇ ਦੇ ਉਲਟੇ ਲਿਖ ਸਕਦੇ ਹੋ ਜਾ ਕਰਦੇ ਹਨ। ਮਾਫ਼ ਕਰਨਾ ਸਤਿਗੁਰੂ ਪਾਤਸ਼ਾਹ ਆਪਣੇ ਸਕਦੀਆਂ ਪੁੱਠੀਆਂ ਪੁੱਠੀਆਂ ਤਕਦੀਰਾਂ ਨੂੰ ਬਦਲ ਕੇ, ਮੱਥੇ ਦੀਆਂ ਪੁੱਠੀਆਂ ਤਕਦੀਰਾਂ ਨੂੰ ਬਦਲ ਕੇ ਸਿੱਧੀਆਂ ਕਰ ਦਿੰਦੇ ਹਨ। ਕਿਸੇ ਜੰਗਲ ਦੇ ਵਿੱਚ ਕੋਈ ਮਹਾਤਮਾ ਬੈਠੇ ਸਨ, ਗਰਮੀ ਦੀ ਰੁੱਤ ਹੈ, ਮਹਾਤਮਾ ਦੇ ਪਾਸ ਮਹਾਤਮਾ ਦਾ ਸੇਵਕ ਕੋਈ ਦੋ ਘੜੀਆਂ ਆਰਾਮ ਕਰਨ ਵਾਸਤੇ ਸੁੱਤਾ ਹੋਇਆ। ਗੁਰੂ ਕਿਸਮ ਮਹਾਤਮਾ ਦੀ ਸਮਾਧੀ ਲੱਗੀ ਹੋਈ, ਨੇਤਰ ਬੰਧਨ, ਸਮਾਂ ਬੀਤਦਾ ਤੁਰਿਆ ਜਾਂਦਾ। ਦੁਪਹਿਰ ਦਾ ਸਮਾਂ ਸੀ, ਗੁਰੂ ਪਿਆਰੇ ਇੱਕ ਫੰਕਾਰੇ ਮਾਰਦਾ ਫਨੀਅਰ ਸੱਪ, ਅਜਗਰ ਕਹਿ ਲਓ, ਗੁਰੂ ਕਿਸਮ ਮਹਾਤਮਾ ਦੇ ਸੇਵਕ ਵੱਲ ਅੱਗੇ ਵੱਧ ਰਿਹਾ ਹੈ। ਜਦੋਂ ਮਹਾਤਮਾ ਦੇ ਸੇਵਕ ਵੱਲ ਅੱਗੇ ਵੱਧਦਾ ਆ ਰਿਹਾ, ਮਾਫ਼ ਕਰਨਾ ਫੁੰਕਾਰੇ ਮਾਰਦਾ ਅਜਗਰ ਜਾਂ ਸੱਪ ਜਦੋਂ ਅੱਗੇ ਵਧਿਆ ਨਾ, ਮਹਾਤਮਾ ਦੇ ਨੇਤਰ ਖੁੱਲੇ। ਜਦੋਂ ਮਹਾਤਮਾ ਦੇ ਨੇਤਰ ਖੁੱਲੇ ਤੇ ਮਹਾਤਮਾ ਦੀ ਨਜ਼ਰ ਇਸ ਅਜਗਰ ਤੇ ਇਸ ਫਨੀਅਰ ਸੱਪ ਤੇ ਪਈ, ਗੁਰੂ ਕਿਸਮ ਮਹਾਤਮਾ ਇਸ ਸੱਪ ਨੂੰ ਕਹਿੰਦੇ ਨੇ ਕਿੱਧਰ ਆਏ, ਪੁੱਛਦੇ ਨੇ ਵੀ ਤੂੰ ਕਿੱਧਰ ਆਇਆ, ਮਾਫ਼ ਕਰਨਾ ਗੁਰੂ ਕੀ ਸੰਗਤ। ਸੱਪ ਨੇ ਕਹਿਣਾ ਕੀਤਾ, ਸੰਤ ਜੀ ਆਹੜਾ ਤੁਹਾਡਾ ਸੇਵਕ ਇਹਨਾਂ, ਇਹਦੇ ਨਾਲ ਮੇਰਾ ਪਿਛਲੇ ਜਨਮ ਦਾ ਕੋਈ ਲੈਣਾ ਦੇਣਾ। ਸੰਤ ਲੱਗੇ ਕਹਿਣ ਵੀ ਕੀ ਲੈਣਾ ਦੇਣਾ, ਮਾਫ਼ ਕਰਨਾ। ਉਹ ਸੱਪ ਲੱਗਾ ਕਹਿਣ, ਮਹਾਰਾਜ ਇਸ ਤੁਹਾਡੇ ਸੇਵਕ ਨੇ ਨਾ ਪਿਛਲੇ ਜਨਮ ਦੇ ਵਿੱਚ ਨਾ ਮੇਰੀ ਸਾਹ ਰਗ ਦਾ ਖੂਨ ਪੀਤਾ ਸੀ, ਤੇ ਹੁਣ ਮੈਂ ਆਪਣਾ ਹਿਸਾਬ ਕਿਤਾਬ ਪੂਰਾ ਕਰਨ ਵਾਸਤੇ ਆਇਆ, ਇਹਦੀ ਸਾਰਾ ਦਾ ਮੈਂ ਖੂਨ ਪੀਣ ਵਾਸਤੇ ਆਇਆ। ਮਹਾਤਮਾ ਲੱਗੇ ਕਹਿਣ, ਭਾਈ ਜਦੋਂ ਤੂੰ ਇਹਦੀ ਸਾਰਾ ਦਾ ਖੂਨ ਪੀਵੇਂਗਾ, ਮਾਫ਼ ਕਰਨਾ ਇਹਦੇ ਗਲੇ ਦੀ ਸਾਰਾ ਦੇ ਉੱਤੇ ਡੰਗ ਮਾਰੇਗਾ ਤਾਂ ਮਾਫ਼ ਕਰਨਾ। ਗੁਰੂ ਕੀ ਸੰਗਤ ਮਹਾਤਮਾ ਲੱਗੇ ਕਹਿਣ ਕਿ ਇਹਦੇ ਸਰੀਰ ਵਿੱਚ ਤੇਰੀ ਜ਼ਹਿਰ ਫੈਲ ਜੂਗੀ, ਇਹਦੀ ਮੌਤ ਹੋ ਜੂਗੀ। ਇਹਦੇ ਕਾਕੂ ਲੱਗਾ ਕਹਿਣ, ਬਾਬਾ ਜੀ ਇਹਦੀ ਮੌਤ ਹੋਵੇ ਜਾਂ ਇਹ ਬਚੇ, ਮੈਨੂੰ ਤਾਂ ਇਹਦੇ ਨਾਲ ਕੋਈ ਮਤਲਬ ਨਹੀਂ, ਮੈਂ ਤਾਂ ਆਪਣਾ ਹਿਸਾਬ ਕਿਤਾਬ ਕਰਨ ਵਾਸਤੇ ਆਇਆ। ਸੰਤ ਲੱਗੇ ਕਰ, ਪ੍ਰੇਮੀਆਂ ਤੂੰ ਇੰਜ ਕਰ, ਤੂੰ ਸਾਹ ਰਗਦਾ ਖੂਨ ਹੀ ਪੀਣਾ, ਹੋਰ ਤਾਂ ਕੁਝ ਨਹੀਂ ਪੀਣਾ। ਤੈਨੂੰ ਸਾਹ ਰਗਦਾ ਖੂਨ ਹੀ ਚਾਹੀਦਾ, ਹੋਰ ਤਾਂ ਤੈਨੂੰ ਕੁਝ ਨਹੀਂ ਚਾਹੀਦਾ, ਸਾਹ ਰਗਦਾ ਖੂਨ ਹੀ ਪੀਣਾ, ਤੈਨੂੰ ਇਹਦੀ ਸਾਹ ਰਗਦਾ ਖੂਨ ਪਿਲਾ ਦਿੰਦੇ। ਲੱਗਾ ਕਹਿਣ, ਬਾਬਾ ਜੀ ਤੁਸੀਂ ਪਿਲਾ ਦਿਓ, ਮੈਂ ਤਾਂ ਆਪਣਾ ਹਿਸਾਬ ਕਿਤਾਬ ਪੂਰਾ ਕਰਨਾ। ਮਹਾਤਮਾ ਨੇ
ਬੜੀ ਤਿੱਖੀ ਤੇਜ ਧਾਰ ਵਾਲੀ ਛੁਰੀ ਲੈ ਕੇ ਨਾ ਆਪਣੇ ਆਪਣੇ ਸੇਵਕ ਦੀ ਸਾਰਾ ਦੇ ਉੱਤੇ ਰੱਖੀ। ਜਦੋਂ ਬੜੀ ਤਿੱਖੀ ਤੇਜ ਧਾਰ ਵਾਲੀ ਮਾਫ ਕਰਨਾ ਛੁਰੀ ਲੈ ਕੇ ਆਪਣੇ ਸੇਵਕ ਦੀ ਸਾਹ ਰਗ ਦੇ ਉੱਤੇ ਰੱਖੀ ਨਾ, ਤੇ ਸੇਵਕ ਦੇ ਨੇਤਰ ਖੁੱਲੇ। ਸੇਵਕ ਕੀ ਵੇਖਦਾ ਕਿ ਮੇਰੇ ਗੁਰੂ ਦੇ ਹੱਥ ਵਿੱਚ ਬੜੀ ਤੇਜ ਧਾਰ ਵਾਲੀ ਛੁਰੀ, ਔਰ ਛੁਰੀ ਰੱਖੀ ਕਿੱਥੇ ਹੈ? ਮੇਰੀ ਸਾਹ ਰਗ ਦੇ ਉੱਤੇ ਰੱਖੀ ਹੈ। ਮਾਫ ਕਰਨਾ, ਤੇ ਸੇਵਕ ਨੇ ਜਦੇ ਅੱਖਾਂ ਬੰਦ ਕਰ ਲਈਆਂ, ਜਦੋਂ ਅੱਖਾਂ ਬੰਦ ਕਰ ਲਈਆਂ, ਮਹਾਤਮਾ ਨੇ ਗੁਰੂ ਕੀ ਸੰਗਤ ਸੇਵਕ ਦੀ ਨਾ ਸਾਹ ਰਗ ਦੇ ਉੱਤੇ ਸਾਧ ਸੰਗਤ ਜੀ ਉਹ ਤੇਜ ਧਾਰ ਵਾਲੀ ਨਾ ਛੁਰੀ ਫੇਰ ਕੇ ਨਾ ਸੇਵਕ ਦੀ ਸਾਹ ਰਗ ਦੇ ਵਿੱਚੋਂ ਮਾਫ ਕਰਨਾ ਗੁਰੂ ਕੀ ਸੰਗਤ ਇੱਕ ਖੂਨ ਦੀ ਕਟੋਰੀ ਕੱਢ ਕੇ ਤੇ ਸੱਪ ਦੇ ਕੇ ਰੱਖ ਦਿੱਤੀ। ਕੋਈ ਪੁਰਾਣੇ ਮਹਾਤਮਾ ਜਿਹੜੀ ਬੂਟੀ ਕੋਈ ਦਵਾਈਆਂ ਵਗੈਰਾ ਜਾਣਿਆ ਕਰਦੇ ਸਨ, ਉਹਨਾਂ ਸਮੇਂ 'ਚ ਸਾਡੇ ਦੇਸ਼ ਵਿੱਚ ਵੈਦਗਿਰੀ ਬੜੀ ਪ੍ਰਧਾਨ ਸੀ। ਮਾਫ ਕਰਨਾ ਗੁਰੂ ਕੀ ਸੰਗਤ, ਮਹਾਤਮਾ ਨੇ ਆਪਣੇ ਸੇਵਕ ਦੀ ਸਾਹ ਰਗ ਦੇ ਉੱਤੇ ਛੁਰੀ ਫੇਰ ਕੇ ਜਦੋਂ ਖੂਨ ਕੱਢਿਆ ਤੇ ਕੁਝ ਜੜੀ ਬੂਟੀ ਜਾਂ ਦਵਾਈ ਵਗੈਰਾ ਲੈ ਕੇ ਨਾ ਮਹਾਤਮਾ ਨੇ ਆਪਣੇ ਸੇਵਕ ਦੀ ਸਾਹ ਰਗ ਦੇ ਉੱਤੇ ਲਾਤੀ, ਮਾਫ ਕਰਨ ਪੱਟੀ ਕਰਤੀ, ਸੱਪ ਦੁੱਧ ਪੀ ਮਾਫ ਕਰਨਾ, ਸੇਵਕ ਦਾ ਖੂਨ ਪੀ ਕੇ ਨਾ ਕਟੋਰੀ 'ਚ ਚਲਾ ਗਿਆ। ਜਦੋਂ ਸੱਪ ਚਲਾ ਗਿਆ, ਦੁੱਧ ਪੀ ਕੇ ਮਾਫ ਕਰਨਾ ਖੂਨ ਪੀ ਕੇ ਚਲਾ ਗਿਆ, ਉਸ ਮੌਕੇ ਮਹਾਤਮਾ ਨੇ ਆਪਣੇ ਸੇਵਕ ਨੂੰ ਜਗਾਇਆ, ਲੱਗੇ ਕਹਿ ਬੇਟਾ ਅਸੀਂ ਵੇਖਿਆ ਵੀ ਤੂੰ ਅੱਖਾਂ ਖੋਲੀਆਂ ਤੇ ਅੱਖਾਂ ਖੋਲ ਕੇ ਬੰਦ ਕਰ ਲਈਆਂ, ਅੱਖਾਂ ਖੋਲ ਕੇ ਬੰਦ ਕਿਉਂ ਕੀਤੀਆਂ? ਇਹਨੇ ਬੇਨਤੀ ਕੀਤੀ ਮਹਾਤਮਾ ਦੇ ਸੇਵਕ ਨੇ, ਬਾਬਾ ਜੀ, ਸੰਤ ਜੀ, ਗੁਰੂ ਜੀ, ਮੈਂ ਕੀ ਵੇਖਿਆ ਕਿ ਜਦੋਂ ਮੈਂ ਅੱਖਾਂ ਖੋਲੀਆਂ ਤੇ ਮੈਂ ਕੀ ਵੇਖਿਆ ਕਿ ਮੇਰੇ ਗੁਰੂ ਦੇ ਹੱਥ ਵਿੱਚ ਬੜੀ ਤਿੱਖੀ ਤੇਜ ਧਾਰ ਵਾਲੀ ਛੁਰੀ ਹੈ, ਤੇ ਗੁਰੂ ਨੇ ਮੇਰੇ ਗੁਰੂ ਨੇ ਉਹ ਤੇਜ ਧਾਰ ਵਾਲੀ ਛੁਰੀ ਮੇਰੀ ਸਾਰਾ ਦੇ ਉੱਤੇ ਰੱਖੀ ਹੋਈ। ਮਹਾਤਮਾ ਕਹਿੰਦੇ ਨੇ, ਕਹਿੰਦੇ ਭਾਈ ਤਾਂ ਅੱਖਾਂ ਕਿਉਂ ਬੰਦ ਕੀਤੀਆਂ? ਲੱਗਾ ਕਹਿਣ, ਬਾਬਾ ਜੀ ਮੈਂ ਅੱਖਾਂ ਇਸ ਕਰਕੇ ਬੰਦ ਕੀਤੀਆਂ, ਮੈਂ ਆਪਣੇ ਮਨ ਨੂੰ ਆਖਿਆ, ਮਨਾ ਮੂਰਖਾ ਤੇਰਾ ਕੀ ਖਿਆਲ ਹੈ ਕਿ ਤੇਰਾ ਗੁਰੂ ਤੇਜ ਧਾਰ ਵਾਲੀ ਛੁਰੀ ਨਾਲ ਤੇਰੀ ਸਾਹ ਰਗ ਲੱਗਾ ਕੱਟਣ? ਮੈਂ ਆਪਣੇ ਮਨ ਨੂੰ ਆਖਿਆ, ਮਨਾ ਮੂਰਖਾ ਤੇਰਾ ਗੁਰੂ ਤਿੱਖੀ ਤੇਜ ਧਾਰ ਵਾਲੀ ਛੁਰੀ ਦੇ ਨਾਲ ਤੇਰਾ ਕਿਸੇ ਪੂਰਵਲੇ ਜਨਮ ਦਾ ਵੀ ਮਾੜਾ ਕਰਮ ਲੱਗਾ ਕੱਟਣ। ਮਾਫ ਕਰਨਾ ਖਾਲਸਾ ਜੀ, ਮਾੜਾ ਕਰਮ ਲੱਗਾ ਕੱਟਣ, ਮਾਫ ਕਰਨਾ ਸਤਿਗੁਰ ਸਿੱਖ ਕੇ ਬੰਧਨ ਕੱਟੇ, ਗੁਰ ਕਾ ਸਿੱਖ ਬਕਾਰ ਤੇ ਫਾਟੇ ਖਾਲਸਾ ਜੀ। ਮਾਫ ਕਰਨਾ ਗੁਰੂ ਕੀ ਸੰਗਤ, ਤਖਤਾਂ ਤਾਜਾਂ ਦੇ ਮਾਲਕ, ਫੌਜਾਂ ਦੇ ਜਰਨੈਲ, ਕਲਗੀਧਰ ਪਾਤਸ਼ਾਹ ਜਿਨ੍ਹਾਂ ਦਾ ਆਪਣਾ ਸਾਰਾ ਸਰਬੰਸ ਸਵਾਰਿਆ ਗਿਆ, ਜਦੋਂ ਕੁੱਚ ਦੇ ਪੀਰ ਬਣ ਕੇ ਜਾ ਰਹੇ ਨੇ, ਗੁਰੂ ਕਿੱਥੇ ਤੱਕ ਬਖਸ਼ਿਸ਼ਾਂ ਕਰਦਾ ਹੈ? ਮਾਫ ਕਰਨਾ ਬਾਣੀ ਦੇ ਵਿੱਚ ਦੱਸਣਾ ਕੀਤਾ ਹੈ, ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਇੱਕ ਤਿਰਨੀ ਭੰਨੇ ਘਾਲੇ, ਮਾਫ ਕਰਨਾ ਇੱਕ ਤਿਲ ਜਿੰਨਾ ਹੁੰਦਾ, ਤਿਲ ਦੇ ਬਰਾਬਰ ਕੀਤੀ ਸੇਵਾ ਨਾ ਗੁਰੂ ਉਹਦਾ ਵੀ ਬਹੁਤ ਵੱਡਾ ਫਲ ਦਿੰਦਾ ਹੈ। ਗੁਰੂ ਕੀ ਸੰਗਤ, ਤਖਤਾਂ ਤਾਜਾਂ ਦੇ ਮਾਲਕ ਕਲਗੀਧਰ ਪਾਤਸ਼ਾਹ ਖਾਲਸਾ ਜੀ ਉੱਚ ਦੇ ਪੀਰ ਬਣ ਕੇ ਜਾ ਰਹੇ ਨੇ, ਜਦੋਂ ਉੱਚ ਦੇ ਪੀਰ ਬਣ ਕੇ ਜਾ ਰਹੇ ਨੇ, ਭਾਈ ਗਨੀ ਖਾਂ, ਨਬੀ ਖਾਂ, ਜਾਤ ਦੇ ਮੁਸਲਮਾਨ ਭਰਾ, ਮਾਫ ਕਰਨਾ ਪਿੱਛੇ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਜੀ ਦੀ ਉਹ ਪਾਲਕੀ ਜਿਹਦੇ ਵਿੱਚ ਗੁਰੂ ਸਾਹਿਬ ਬੈਠ ਕੇ ਜਾ ਰਹੇ ਸੀ, ਤੇ ਦੋਵੇਂ ਭਰਾ ਅੱਗੇ ਸੀ, ਪਿੱਛੇ ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਹੋਰੀ, ਇਹਨਾਂ ਨੇ ਆਪਣੇ ਕੰਧੇ ਮਾਫ ਕਰਨਾ ਪਾਲਕੀ ਥੱਲੇ ਦਿੱਤੇ ਸਨ, ਤੇ ਭਾਈ ਦਇਆ ਸਿੰਘ ਹੋਰਾਂ ਨੇ ਸੋਨੇ ਦੀਆਂ ਮੋਹਰਾਂ ਵਾਲੀ ਜਿਹੜੀ ਖੁਰਜੀ ਸੀ ਪਿੱਠ ਵਿੱਚ ਮਾਰੀ ਹੋਈ ਸੀ,
ਪਾਤਸ਼ਾਹ ਉੱਚ ਦੇ ਪੀਰ ਬਣ ਕੇ ਜਾ ਰਹੇ ਨੇ। ਜਾਂਦੇ ਜਾਂਦੇ ਮਾਫ਼ ਕਰ ਲਓ ਗੁਰੂ ਕੀ ਸੰਗਤ, ਪਾਤਸ਼ਾਹ ਅੱਗੇ ਵਧੇ। ਰਾਹ ਦੇ ਵਿੱਚ ਇੱਕ ਮਾਈ ਅੱਗੇ ਵਧੀ। ਮਾਈ ਨੇ ਦੇਖਿਆ ਅੱਜ ਤਖ਼ਤਾਂ ਤਾਜਾਂ ਦੇ ਮਾਲਕ, ਫੌਜਾਂ ਦੇ ਜਰਨੈਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਕੀ ਸੰਗਤ ਪੁੱਛ ਦੇ ਪੀਰ ਬਣ ਕੇ ਜਾ ਰਹੇ ਨੇ, ਭੇਸ ਬਦਲ ਕੇ ਜਾ ਰਹੇ ਨੇ। ਮਾਈ ਅੱਗੇ ਵਧੀ ਮਾਫ਼ ਕਰਨਾ, ਤੇ ਮਾਈ ਨੇ ਅੱਗੇ ਵਧ ਕੇ ਨਾ, ਖਾਲਸਾ ਜੀ ਇਹ ਗੁਰੂ ਨਾਨਕ ਦਾ ਘਰ ਹੈ, ਖਾਲਸਾ ਜੀ ਇੱਥੇ ਜੋ ਜੀ ਵੀ ਸ਼ਰਧਾ ਲੈ ਕੇ ਆਇਆ ਨਾ, ਉਹਦਾ ਫਲ ਉਹਨੂੰ ਜ਼ਰੂਰ ਮਿਲਿਆ, ਉਹਨੂੰ ਅਵਸ਼ ਮਿਲਿਆ, ਉਹਨੂੰ ਹਰ ਕੀਮਤ ਤੇ ਮਿਲਿਆ। ਗੁਰੂ ਕੀ ਸੰਗਤ ਮਾਈ ਨੇ ਅੱਗੇ ਵੱਧ ਕੇ ਕਦ ਕੀਰਤਨ ਪਾਤਸ਼ਾਹ ਜਿਸ ਪਾਲਕੀ ਚ ਬੈਠੇ ਸਨ, ਉੱਚ ਦੇ ਪੀਰ ਬਣ ਕੇ ਜਾ ਰਹੇ ਸਨ, ਮਾਈ ਨੇ ਪਾਲਕੀ ਦੇ ਥੱਲੇ ਸਿਰ ਦੇ ਦਿੱਤਾ, ਮਾਫ਼ ਕਰਨਾ। ਤਖ਼ਤਾਂ ਤਾਜਾਂ ਦੇ ਮਾਲਕ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੀ ਨਿਗਾਹ ਰਹਿਮਤ ਤੇ ਭਰੀ ਨਜ਼ਰ, ਮਿਹਰ ਭਰੀ ਨਜ਼ਰ ਮਾਈ ਤੇ ਪਈ, ਤੇ ਹਜ਼ੂਰ ਭਾਈ ਸਾਹਿਬ ਭਾਈ ਦਇਆ ਸਿੰਘ ਪੁੱਛਦੇ ਨੇ, ਦਇਆ ਸਿੰਘ ਮਾਈ ਕੀ ਮੰਗਦੀ ਆ, ਮਾਈ ਕੀ ਮੰਗਦੀ ਆ? ਉਸ ਮੌਕੇ ਭਾਈ ਦਇਆ ਸਿੰਘ ਹੋਈ ਲੱਗੇ ਕਿ ਮਹਾਰਾਜ ਮਾਈ ਬੇਅਲਾਦੀ ਹੈ, ਮਾਈ ਦੇ ਔਲਾਦ ਨਹੀਂ। ਕਿੰਨੀ ਸੇਵਾ, ਪਾਲਕੀ ਦੇ ਥੱਲੇ ਸਿਰ ਦੇ ਕੇ ਮਾਫ਼ ਕਰਨਾ, ਐਡਾ ਵੱਡੀ ਦਾਤ ਪ੍ਰਾਪਤ ਕਰਦੀ। ਭਾਈ ਸਾਹਿਬ ਕਹਿੰਦੇ ਨੇ ਪਾਤਸ਼ਾਹ ਮਾਈ ਬੇਅਲਾਦੀ ਹੈ, ਮਾਈ ਦੇ ਔਲਾਦ ਨਹੀਂ, ਮਾਈ ਦੇ ਪੁੱਤਰ ਨਹੀਂ। ਹਜ਼ੂਰ ਲੱਗੇ ਕਹਿਣ, ਅੱਛਾ। ਕਹਿਣ ਲੱਗੇ ਦਇਆ ਸਿੰਘ ਮਾਈ ਨੂੰ ਕਹਿ ਦੇ, ਪੁੱਤਰਾਂ ਦਾ ਦਾਨੀ ਆਪਣੇ ਪੁੱਤਰ ਧਰਮ ਤੋਂ ਕੁਰਬਾਨ ਕਰਕੇ ਜਾ ਰਿਹਾ, ਪਰ ਹੋਰਨਾਂ ਨੂੰ ਪੁੱਤਰਾਂ ਦੀਆਂ ਦਾਤਾਂ ਮਿਲਦਾ ਜਾ ਰਿਹਾ, ਮਾਫ਼ ਕਰਨਾ। ਪਾਤਸ਼ਾਹ ਕਹਿੰਦੇ ਨੇ ਦਇਆ ਸਿੰਘ ਮਾਈ ਨੂੰ ਕਹਿ ਦੇ ਕਿ ਮਾਈ ਤੇਰੇ 7 ਪੁੱਤਰ ਹੋਣਗੇ, ਤੇ 7 ਦੇ 7-7 ਵਿਆਹ ਹੋਣਗੇ, 7 ਦੀਆਂ 7-7 ਨੂੰਹਾਂ ਹੋਣਗੀਆਂ, ਤੇ ਅੱਗੇ 7 ਦੇ 7-7 ਪੋਤਰੇ ਹੋਣਗੇ। ਖਾਲਸਾ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਖਾਲਸਾ ਜੀ ਜੇ ਕਦੇ ਲੈਣ ਦੀ ਜਾਚ ਆ ਜਾਏ, ਦੇਣ ਵਾਲਾ ਤੇ ਤਿਆਰ ਏ। ਪਾਤਸ਼ਾਹ ਜੀ ਕਹਿੰਦੇ ਨੇ ਆ ਜਾ ਬਈ ਲੈ ਲੈ ਬਈ। ਕਈ ਕਹਿੰਦੇ ਨੇ ਵੀ ਗੁਰੂ ਘਰ ਜਾ ਕੇ ਤੇ ਮੰਗਣਾ ਨੀ ਚਾਹੀਦਾ, ਇੱਥੋਂ ਨੀ ਮੰਗਣਾ ਤੇ ਜਾ ਕੇ ਮੁਸਲਮਾਨਾਂ ਦੀਆਂ ਕਬਰਾਂ ਤੋਂ ਮੰਗਣਾ। ਖਾਲਸਾ ਜੀ ਇੱਥੇ ਤੇ ਧੰਨੇ ਨੇ ਮੰਗਿਆ, ਇੱਥੇ ਜੱਟ ਨੇ ਮੱਝ ਮੰਗੀ, ਗਾਂ ਮੰਗੀ, ਗਊ ਮਹਿਸ ਮੰਗੂ ਲਬੇਰੀ, ਇੱਕ ਤਾਜਣ ਤੁਰੀ ਚੰਗੇਰੀ, ਇੱਕ ਘੋੜੀ ਮੰਗੀ, ਮਾਫ਼ ਕਰਨਾ। ਖੁੱਲੀਆਂ ਜ਼ਮੀਨਾਂ ਮੰਗੀਆਂ, ਗੁਨਾਹ ਮਾਫ਼ ਕਰਨ ਜੋ ਧੰਨੇ ਨੂੰ ਹੋਏ ਨਾ ਦਰਸ਼ਨ ਪਰਮੇਸ਼ਰ ਦੇ। ਖਾਲਸਾ ਜੀ ਅੱਜ ਕੱਲ੍ਹ ਆਪਾਂ ਕਹਿ ਦਿੰਦੇ ਸਿਹਾਰੀਆਂ ਬਦਲ ਦਿਓ, ਆਹ ਜਿਹੜੀ ਬਾਣੀ ਨਾ ਇੱਕ ਵਾਰੀ ਕਿਰਪਾ ਕਰੋਗੇ, ਕਹਿ ਦਿਓ ਵਾਹਿਗੁਰੂ, ਇੱਕ ਵਾਰੀ ਫਿਰ ਕਹਿ ਦਿਓ ਵਾਹਿਗੁਰੂ। ਇਹ ਜਿਹੜੀ ਬਾਣੀ ਨਾ ਇਹ ਭਗਤਾਂ ਨੇ ਗੁਰੂ ਸਾਹਿਬ ਦੀ ਬਾਣੀ ਤਾਂ, ਜਾਂ ਭਗਤਾਂ ਦੀ ਬਾਣੀ ਤਾਂ, ਇਹ ਭਗਤਾਂ ਨੇ ਜਾਂ ਗੁਰੂ ਸਾਹਿਬ ਨੇ ਪਰਮੇਸ਼ਰ ਦੇ ਪਿਆਰ ਦੇ ਵਿੱਚ ਆ ਕੇ ਉਚਾਰਨ ਕੀਤੀ। ਖਾਲਸਾ ਜੀ ਕਹਿ ਦਿਓ ਵਾਹਿਗੁਰੂ, ਪਿਆਰ ਦੇ ਵਿੱਚ ਉਚਾਰਨ ਕੀਤੀ ਆ ਕੇ, ਤੇ ਜਿਹੜੀ ਪਿਆਰ ਦੀ ਬੋਲੀ ਹੈ ਨਾ ਬੱਲੇ ਬੱਲੇ, ਜਿਹੜੀ ਪਿਆਰ ਦੀ ਬੋਲੀ ਹੈ, ਪ੍ਰੇਮ ਦੀ ਬੋਲੀ ਹੈ, ਮਾਫ਼ ਕਰਨਾ, ਉੱਥੇ ਕੋਈ ਵਿਆਹ ਕਰਨ ਲਾਗੂ ਨਹੀਂ ਹੁੰਦੀ। ਮਾਫ਼ ਕਰਨਾ ਭਾਗਾਂ ਵਾਲਿਓ, ਜਿਹੜਾ ਧਿਆਨ ਦੇਣਾ ਪਵੇਗਾ ਪਿਆਰ। ਜਦ ਭਗਵਾਨ ਨੇ ਦਿੱਤੇ ਨਾ ਧੰਨੇ ਨੂੰ ਦਰਸ਼ਨ, ਕਈ ਤਾਂ ਕਹਿ ਦਿੰਦੇ ਨੇ ਕਿ ਆਪਾਂ ਕਈ ਕੁੱਤਾ ਲੈ ਲੈਂਦੇ ਹਾਂ, ਕਈ ਕਹਿ ਦਿੰਦੇ ਕਿ ਧੰਨੇ ਨੂੰ ਪੱਥਰ ਵਿੱਚ ਦਰਸ਼ਨ ਨਹੀਂ ਹੋਏ। ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ ਪੱਥਰ ਇੱਕ ਲਪੇਟ ਕੇ, ਕਈ ਕਹਿੰਦੇ ਪੱਥਰ ਚੋਂ ਰੱਬ ਦੇ ਦਰਸ਼ਨ ਕਿਵੇਂ ਹੋ ਸਕਦੇ ਸਨ, ਪਰ ਭਾਗਮ ਵਾਲਿਓ ਪੱਥਰ ਪੱਥਰ ਸੀ,
ਪਰ ਧੰਨੇ ਦੀ ਭਾਵਨਾ ਪੱਥਰ ਦੇ ਨਾਲੋਂ ਮਜ਼ਬੂਤ ਉਹਦੀ ਭਾਵਨਾ ਕਰਕੇ ਉਹਦੀ ਸ਼ਰਧਾ ਕਰਕੇ ਭਗਵਾਨ ਨੂੰ ਪੱਥਰ ਦੇ ਵਿੱਚ ਪ੍ਰਗਟ ਹੋਣਾ ਪੈ ਗਿਆ। ਕਈ ਕਦਰ ਪੱਥਰ ਜਦ ਮਾਫ ਕਰਨਾ ਪ੍ਰਹਲਾਦ ਦੀ ਰੱਖਿਆ ਹੋਈ ਨਾ, ਪ੍ਰਹਲਾਦ ਦੀ ਰੱਖਿਆ ਪਰਮੇਸ਼ਰ ਨੇ ਕੀਤੀ ਹੈ, ਭਗਤ ਕਬੀਰ ਜੀ ਦੀ ਬਣ ਰਹੀ ਹੈ। ਇਹ ਦੱਸੋ ਵੀ ਲੋਹਾ ਮਜ਼ਬੂਤ ਹੁੰਦਾ ਕਿ ਪੱਥਰ ਮਜ਼ਬੂਤ ਹੁੰਦਾ? ਹਾਂਜੀ, ਲੋਹਾ ਮਜ਼ਬੂਤ ਹੁੰਦਾ ਕਿ ਪੱਥਰ ਮਜ਼ਬੂਤ ਹੁੰਦਾ? ਲੋਹਾ ਮਜ਼ਬੂਤ ਹੁੰਦਾ, ਲੋਹਾ ਸਖ਼ਤ ਹੁੰਦਾ। ਇਹ ਗੱਲਾਂ ਸਿਰਫ ਚੁੱਜ ਗਿਆਨੀਆਂ ਦੀਆਂ ਨੇ, ਜਿਨ੍ਹਾਂ ਨੇ ਲੁਕਤਾ ਕਿੰਨੀ ਕਰਨੀ ਹੈ, ਜਿਨ੍ਹਾਂ ਨੇ ਕਸਮ ਖਾਧੀ ਹੈ ਕਿ ਅਸੀਂ ਤਾਂ ਕਿੰਤੂ ਪ੍ਰੰਤੂ ਕਰੀ ਜਾਣਾ। ਪਰ ਪਾਕਮ ਵਾਲਿਓ, ਗੁਰੂ ਗ੍ਰੰਥ ਸਾਹਿਬ ਪੂਰਨ ਗੁਰੂ ਹਨ, ਪੂਰਨ ਗੁਰੂ, ਜਾਗਤ ਜੋਤ ਗੁਰੂ ਹਨ, ਪੂਰਨ ਗੁਰੂ, ਪੂਰਨ ਗੁਰੂ। ਮਰ ਕਰਨ ਖਾਲਸਾ ਜੀ, ਜਦ ਪ੍ਰਹਲਾਦ ਦੀ ਰੱਖਿਆ ਹੋਈ ਨਾ, ਤੱਤੇ ਥੰਮ ਨਾ ਦੱਸਣਾ ਵੀ ਕੀਤਾ, ਸਾਧ ਸੰਗਤ ਜੀ ਪਤਾ ਨੀ ਕਿੰਨੀਆਂ ਕੁ ਧਾਤਾਂ ਦਾ ਬਣਿਆ ਉਹ ਲੋਹੇ ਦਾ ਥੰਮ ਗਰਮ ਕੀਤਾ ਗਿਆ, ਜਿਹਦਾ ਸੇਕ ਭਾਗਮ ਵਾਲੇ 12-12 ਫੁੱਟ ਦੀ ਦੂਰੀ ਤੇ ਜਾਂਦਾ ਸੀ। ਅਸੀਂ ਸਾਰੇ ਜਾਣਦੇ ਹਾਂ ਪ੍ਰਹਲਾਦ ਨੂੰ ਰਾਜੇ ਹਰਨਾਕਸ਼ ਨੇ ਬੜੇ ਬੜੇ ਕਸ਼ਟ ਦੇਣ ਦੀ ਕੋਸ਼ਿਸ਼ ਕੀਤੀ, ਪਹਾੜਾਂ ਤੋਂ ਦਰਵਾਇਆ, ਮਾਫ਼ ਕਰਨਾ ਧਰੂ, ਮਾਫ਼ ਕਰਨਾ ਪ੍ਰਹਲਾਦ, ਪਹਾੜਾਂ ਤੋਂ ਇਹਦੇ ਡਿੱਗ ਪੈਂਦਾ। ਖਾਲਸਾ ਦੀ ਭੁੱਜੇ ਜ਼ਮੀਨ ਤੇ ਜਿਵੇਂ ਲੱਖਾਂ ਮਨ ਰੂਈ ਤੇ ਕੋਈ ਡਿੱਗ ਪਵੇ ਤੇ ਕੋਈ ਚੋਟ ਨਹੀਂ ਲੱਗਦੀ। ਉਹਨੂੰ ਹਾਥੀਆਂ ਦੇ ਪੈਰਾਂ ਥੱਲੇ ਦਿੱਤਾ ਗਿਆ, ਪਰ ਪ੍ਰਹਲਾਦ ਨੂੰ ਹਾਥੀਆਂ ਦਾ ਭਾਰ ਇੰਜ ਲੱਗਦਾ ਸੀ ਜਿਵੇਂ ਕਮਲ ਫੁੱਲ ਤੇ ਰੱਖਿਆ ਹੋਵੇ। ਖਾਲਸਾ ਜੀ, ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ, ਉੱਥੇ ਤੇਰੀ ਰੱਖ ਅਗਨੀ, ਉਧਰ ਮਾਹੇ ਦਾਸ ਅੱਜ ਕਰ ਰਿਹਾ। ਗੁਰੂ ਕਿਸ਼ਨ ਉਹਨੂੰ ਗੰਗਾ ਦੇ ਪਾਣੀ ਵਿੱਚ ਰੋੜਿਆ ਗਿਆ, ਸੱਟਿਆ ਗਿਆ, ਬੇੜੀਆਂ ਪਾ ਕੇ ਹੱਥਾਂ ਦੇ ਪੈਰਾਂ ਨੂੰ ਮਾਫ਼ ਕਰਨਾ ਦਰਿਆ ਵਿੱਚ ਰੋੜਿਆ ਗਿਆ। ਪਰ ਕਹਿੰਦੇ ਨੇ ਕਿ ਪ੍ਰਹਲਾਦ ਦੇ ਹੱਥਾਂ ਦੇ ਪੈਰਾਂ ਦੀਆਂ ਬੇੜੀਆਂ ਟੁੱਟ ਜਾਂਦੀਆਂ ਨੇ। ਪਾਣੀ ਦੇ ਉੱਤੇ ਪ੍ਰਹਲਾਦ ਤਿਲ ਤੁਰਿਆ ਕਰਦਾ ਸੀ ਜਿਵੇਂ ਅਸੀਂ ਧਰਤੀ ਦੇ ਤੌਰ ਤੇ। ਖਾਲਸਾ ਜੀ, ਮਾਫ਼ ਕਰਨਾ ਤਦੇ ਤੇ ਕਿਹਾ ਨਾ, ਗੁਰੂ ਕੀ ਸੰਗਤ ਸਤਿਗੁਰ ਸਿੱਖ ਕੇ ਬੰਧਨ ਕਾਠੇ, ਖੁਰਕਾ ਸਿੱਖ ਵਕਾਰ ਤੇ ਹਾਟੇ, ਮੁੱਕ ਦੀ ਗੱਲ ਕੀ, ਕਿੱਥੇ ਤੱਕ ਉਹਨੂੰ ਤਸੀਹੇ ਦਿੱਤੇ ਗਏ। ਖੈਰ ਦਾਸ ਕਿੱਧਰ ਨਾ ਜਾਵੇ, ਅਖੀਰ ਤੇ ਜਦੋਂ ਪ੍ਰਹਲਾਦ ਨਾ ਬਦਲ 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 ਬਦਲ, ਉਹਨੂੰ ਤਾਂ ਸਾਰੇ ਥਾਵਾਂ ਤੇ ਹੀ ਆਪਣਾ ਰਾਮ ਨਜ਼ਰ ਆਉਂਦਾ ਸੀ, ਉਹਨੂੰ ਸਾਰੇ ਵਿੱਚ ਆਪਣਾ ਰਾਮ ਨਜ਼ਰ ਆਉਂਦਾ ਸੀ। ਅੱਜ ਵੀ ਇੱਕ ਵਿਚਾਰ ਚੱਲ ਰਹੀ ਸੀ ਕੁਝ ਕੁ ਸੱਜਣਾਂ ਨਾਲ, ਮਾਫ਼ ਕਰਨਾ, ਲੋਕ ਕਹਿੰਦੇ ਫਲਾਣਾ ਬੰਦਾ ਸ਼ਰਾਬ ਪੀਂਦਾ, ਫਲਾਣਾ ਬੰਦਾ ਬਾਹਲੇ ਕੰਮ ਕਰਦਾ, ਉਹ ਇਹ ਕਰਦਾ ਵੋ ਕਰਦਾ, ਮਾਫ਼ ਕਰਨਾ, ਉਹ ਤਾਂ ਪਹਿਲਾਂ ਹੀ ਮਰਿਆ ਪਿਆ, ਉਹਦੇ ਵਾਸਤੇ ਅਰਦਾਸ ਕਰ, ਸੱਚੇ ਪਾਤਸ਼ਾਹ ਦੀ ਸ਼ਰਾਬ ਛੱਡੀ ਜਾਏ, ਸੱਚੇ ਪਾਤਸ਼ਾਹ ਨੂੰ ਸਮਰੱਥ ਬਖਸ਼ੋ। ਸੱਚੇ ਪਾਤਸ਼ਾਹ ਇਹਦੇ ਸਿਰ ਤੇ ਹੱਥ ਰੱਖੋ, ਸਮਰੱਥ ਗੁਰੂ ਸਿਰ ਹੱਥ ਧਰਿਓ, ਫਿਰ ਕਿੰਨੀ ਕਿਰਪਾ ਅਪਾਰ ਜੀਓ। ਮਹਾਰਾਜ, ਜਿਹੋ ਜੀ ਮੇਰੇ ਤੇ ਕਿਰਪਾ ਕੀਤੀ, ਇਹਨਾਂ ਜੀਵਾਂ ਤੇ ਵੀ ਕਿਰਪਾ ਕਰਦੇ, ਇਹਨਾਂ ਜਨਤਾ ਕਹਿ ਬਸ, ਇਹਨਾਂ ਜਨਤਾ ਕਹਿ ਬਸ, ਇਹਨਾਂ ਜਨਤਾ ਕਹਿ ਬਸ, ਕਿਸ ਨਹੀਂ ਤੁਧ ਵੇਖੀ ਜਗਤ ਉਪਾਇਆ ਮਾਫ਼ ਕਰਨ। ਜਦ ਬਾਣੀ ਪੜ੍ਹਦੇ ਨਾ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਜ ਲੈ, ਇੱਕ ਨਾ ਹੁਕਮ ਹੈ ਕਰੇ, ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਭਾਣੇ, ਇੱਕ ਨਾ ਭਾਣੇ, ਇੱਕ ਨਾ ਮਾਇਆ ਵਿੱਚ ਨਿਵਾਸ, ਇੱਕ ਨਾ ਨੂੰ ਕਿਰਪਾ ਕਰਕੇ ਤੇ ਕੱਢ ਲੈਂਦਾ ਬਾਹਰ ਕਰ, ਆਜੋ ਏ ਆਜੋ, ਮਾਫ਼ ਕਰਨਾ। ਖਾਲਸਾ ਜੀ, ਇੱਕ ਨਾ ਮਾਇਆ ਵਿੱਚ ਨਿਵਾਸ, ਗੁਰੂ ਕਿਰਪਾ ਕਰੇ ਸਾਨੂੰ ਸਾਰੇ, ਸਾਡੇ ਸਾਰਿਆਂ ਦੇ ਬੰਧਨ ਕੱਢ ਦੇਵੇ। ਖਾਲਸਾ ਦੀ ਮਾਫ਼ ਕਰਨਾ ਤੇ ਰਾਜਾ ਹਰਨਾਕਸ਼ ਕਹਿੰਦੇ ਨੇ ਕਿ ਬੇਅੰਤ ਧਾਤਾਂ ਦਾ ਬਣਿਆ ਸਾਧ ਸੰਗਤ ਜੀ ਲੋਹੇ ਦਾ ਥੰਮ ਗਰਮ ਕੀਤਾ ਗਿਆ, ਜਿਸਦਾ ਸੇਕ 12-12 ਫੁੱਟ ਦੀ ਦੂਰੀ ਤੇ ਜਾਂਦਾ ਸੀ, ਤੇ ਰਾਜਾ ਹਰਨਾਕਸ਼
ਆਪਣੇ ਪੁੱਤਰ ਪ੍ਰਹਲਾਦ ਦੇ ਬਸਤਰ ਨੂੰ ਉਤਾਰ ਦਿੱਤੇ ਗਏ। ਆਖਿਆ ਮਾਰ ਮਾਰ ਆਪਣੇ ਰਾਮ ਨੂੰ। ਅੱਜ ਤੇ ਖੁਦਾ ਦਾ ਦਹਿਰ ਹੁੰਦਾ ਖਾਲਸਾ ਜੀ, ਮਾਫ਼ ਕਰਨਾ ਗੁਰੂ ਕੀ ਸੋ, ਕਹਿੰਦਾ ਮਾਰ ਮਾਰ ਆਪਣੇ ਰਾਮ ਨੂੰ, ਮੈਂ ਤੇਰੇ ਰਾਮ ਦਾ ਜ਼ੋਰ ਵੇਖ ਲਵਾਂ। ਖਾਲਸਾ ਜੀ 12-12 ਫੁੱਟ ਦੀ ਦੂਰੀ ਤੇ ਸੇਕ ਜਾਂਦਾ, ਪਰ ਖਾਲਸਾ ਜੀ ਪ੍ਰਹਲਾਦ ਬੰਦੇ ਬੰਦੇ ਖਾਲਸਾ ਜੀ ਡੋਲ ਗਿਆ, ਘਬਰਾ ਗਿਆ। ਹਾਲਾਂਕਿ ਰਾਮ ਉਹਦੀ ਥਾਂ ਥਾਂ ਤੇ, ਪਰਮੇਸ਼ਰ ਉਹਦੀ ਥਾਂ ਥਾਂ ਤੇ, ਮਾਫ਼ ਕਰਨਾ ਗੁਰੂ ਕੀ ਸੰਗਤ, ਮਦਦ ਕਰਦਾ ਆ ਰਿਹਾ ਸੀ। ਪਰ ਇੱਕ ਗੱਲ ਨਾ ਭੁੱਲਣਾ, ਜੇ ਗੁਰੂ ਨੇ ਆਪਣੇ ਗੁਰਸਿੱਖਾਂ ਦੀ ਮਦਦ ਨਹੀਂ ਕਰਨੀ ਤੇ ਫਿਰ ਕਰਨੀ ਨਹੀਂ ਕਿਹਦੀ ਖਾਲਸਾ ਜੀ। ਪਰਮੇਸ਼ਰ ਨੇ ਆਪਣੇ ਭਗਤਾਂ ਦੀ ਮਦਦ ਨਹੀਂ ਕਰਨੀ, ਹੋਰਾਂ ਨੇ ਮਦਦ ਕਰਨੀ ਵੀ ਕਿਹਦੀ ਹੈ? ਮਾਫ਼ ਕਰਨਾ ਗੁਰੂ ਕੀ ਸੰਗਤ, ਸਭ ਤੇ ਸਭ ਨੂੰ ਵੇਖੇ ਨਾ ਪ੍ਰਹਲਾਦ ਬੰਦੇ 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 ਖਾਲਸਾ ਜੀ, ਮਨ ਡੋਲ ਗਿਆ, ਘਬਰਾ ਗਿਆ, ਕੋਈ ਢਹਿੰਦੀ ਕਲਾ ਵੱਲ ਚੱਲਿਆ ਵੱਲ ਚੜਾ ਗਿਆ। ਉਹ ਹੁਣ ਤੇਰਾ ਬਚਣਾ ਬੜਾ ਮੁਸ਼ਕਲ ਹੈ। ਕਹਿੰਦੇ ਕਿ ਗੁਰੂ ਕਿਸ਼ਨ ਪਰਮੇਸ਼ਰ ਨੇ ਜਦੋਂ ਵੇਖਿਆ ਕਿ ਮੇਰਾ ਭਗਤ ਡੋਲ ਗਿਆ, ਬਹੁਤ ਪਾਏ ਪਿੰਡਾਂ ਦੇ ਰਹਿਣ ਵਾਲੇ ਆ, ਅਕਸਰ ਪਿੰਡਾਂ ਵਿੱਚ ਧਾਰਨਾ ਪੜੀਆਂ ਜਾਂਦੀਆਂ ਨੇ ਕਿ ਜੀ ਨਾ ਬਣ ਦੋ ਰਾਮਾ, ਪ੍ਰਹਲਾਦ ਡੋਲ ਜਾਂਦਾ ਗੁਰੂ ਕੀ ਸੰਗਤ ਭਗਵਾਨ ਕੀੜੀ ਰੂਪ ਧਾਰਨ ਕਰਕੇ ਆ ਗਿਆ। ਜਦ ਕੀੜੀ ਰੂਪ ਧਾਰਨ ਕਰਕੇ ਭਗਵਾਨ ਤਪ ਦੇ ਥੰਮ ਦੇ ਉੱਤੇ ਨਾ ਆ ਗਿਆ, ਆ ਕੀ ਗਿਆ ਮਨੁ ਤਪ ਦੇ ਥੰਮ ਦਾ ਸਾਰਾ ਸੇਕ ਖਿੱਚ ਲਿਆ ਵੇ ਖਾਲਸਾ ਜੀ। ਜਦੋਂ ਕੀੜੀ ਤੁਰੀ ਜਾਂਦੀ ਵੇਖੀ ਪ੍ਰਹਲਾਦ ਨੇ, ਆਹਾ ਨਗਰ ਪਾਈ ਸੇਵਕ ਪਰ ਨਿਕਟੀ ਹੋਏ ਦਿਖਾਵੇ, ਉਹ ਘਬਰਾ ਨਾ ਪੁੱਤਰਾ, ਮੈਂ ਤੇਰੇ ਨੇੜੇ ਆ। ਉਹ ਕਹਿ ਦਿਓ ਭਾਈ ਵਾਹਿਗੁਰੂ, ਕਹਿ ਦਿਓ ਵਾਹਿਗੁਰੂ, ਆਪਣੇ ਸੇਵਕ ਕੀ ਆਪੇ ਹੱਥ ਹੈ, ਆਪੇ ਨਾਮ ਜਪਾਵੇ, ਜੈ ਜੈ ਕਾਜ ਸਕੇ ਤੋ ਸੇਵਕ ਕੀ ਤਹਾਂ ਤਹਾਂ ਉੱਠ ਭਾਵੇ, ਸੇਵਕ ਕੋ ਨਿਕਟੀ, ਉਹ ਮੈਂ ਤੇਰੇ ਨੇੜੇ ਹੀ ਆ, ਉਹ ਘਬਰਾ ਨਾ, ਕਹਿ ਦਿਓ ਵਾਹਿਗੁਰੂ। ਸੇਵਕ ਕੋ ਨਿਕਟੀ ਹੋਏ, ਸੇਵਕ ਕੋ ਨਿਕਟੀ ਹੋਏ, ਬੰਦੇ 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 ਮਾਫ਼ ਕਰਨਾ ਪ੍ਰਹਲਾਦ ਦੀ ਨਜ਼ਰ ਤੇ ਕੀੜੀ ਤੁਰੀ ਜਾਂਦੀ, ਵੇਖ ਕੇ ਕੀੜੀ ਨੂੰ ਕਰਦਾ ਬੰਦੇ ਬੰਦੇ ਬੰਦੇ, ਆਹ ਛੋਟੀ ਜੀ ਕੀੜੀ ਨਹੀਂ ਮਰਦੀ, ਛੋਟੀ ਜੀ ਕੀੜੀ ਨਹੀਂ ਸੜਦੀ, ਪਰ ਤੂੰ ਕਿਵੇਂ ਸੜੇਗਾ? ਅੱਗੇ ਵੱਧ ਕੇ ਹੁਣ ਹੰਨਾ ਸ਼੍ਰੀ ਤਿਆਰ ਹੈ, ਹੁਣ ਪ੍ਰਹਲਾਦ ਦਾ ਮਾਲਕ ਵੀ ਤਿਆਰ ਹੈ, ਉਹ ਵੀ ਤਿਆਰ, ਉਹ ਵੀ ਤਿਆਰ ਮਾਫ਼ ਕਰਨਾ ਗੁਰੂ ਕੀ ਸੰਗਤ। ਪ੍ਰਹਲਾਦ ਨੇ ਅੱਗੇ ਵੱਧ ਕੇ ਖਾਲਸਾ ਜੀ ਉਸ ਸੜ ਦੇ ਪਲ ਦੇ ਤਪ ਦੇ ਮਤ ਦੇ ਥੰਮ ਨੂੰ ਨਾ ਅੱਗੇ ਵੱਧ ਕੇ ਗੁਰੂ ਕੀ ਸੰਗਤ ਕੁੱਟ ਕੇ ਚੱਫੀ ਮਾਰੀ, ਚੱਫਾ ਮਾਰੀ। ਮਾਫ਼ ਕਰਨਾ ਸੇਵ ਤੇ ਪਰਮੇਸ਼ਰ ਨੇ ਖਿੱਚੀ ਲਿਆ ਸੀ। ਜਦ ਜੱਫਾ ਪਾੜਿਆ ਪ੍ਰਹਲਾਦ ਨੂੰ ਹਰਨਾਸ਼ ਕਹਿੰਦਾ ਮਾਰ ਮਾਰ, ਦੁਨੀਆਂ ਦੇ ਲੋਕੀ ਕਹਿੰਦੇ ਨੇ ਰੱਬ ਨੇੜੇ ਕੇ ਘਸੋਨੇ ਨੇੜੇ, ਇੱਕ ਵਾਰੀ ਕਹਿਣਾ ਪਵੇਗਾ ਵਾਹਿਗੁਰੂ, ਮਨ ਮੱਖ ਲਈ ਘਸੋਨੇ ਨੇੜੇ, ਪਰ ਗੁਰੂ ਦੇ ਸਿੱਖ ਲਈ ਰੱਬ ਨੇੜੇ, ਰੱਬ ਨੇ ਸੇਵਕ ਤੋਂ ਨਿਕਟੀ ਹੋਏ ਦਿਖਾਵੇ। ਰਾਜੇ ਹਰਨਾਸ਼ ਨੇ ਪਾਇਆ ਤਲਵਾਰ ਦੀ ਮੁੱਠੀ ਨੂੰ ਹੱਥ, ਕਹਿੰਦਾ ਮਾਰ ਮਾਰ, ਕਹਿੰਦਾ ਮਾਰ ਮਾਰ ਆਪਣੇ ਰਾਮ ਨੂੰ, ਮਾਰ ਮਾਰ ਆਪਣੇ ਰਾਮ ਨੂੰ। ਪਰ ਤਲਵਾਰ ਦੀ ਮੁੱਠੀ ਨੂੰ ਹੱਥ ਪਾ ਕੇ ਖਾਲਸਾ ਦੀ ਖਿੱਚੀ ਮਿਆਨ ਦੇ ਵਿੱਚ ਤਲਵਾਰ, ਮਾਫ਼ ਕਰਨਾ ਇੱਧਰ ਮਿਆਨ ਦੇ ਵਿੱਚ ਤਲਵਾਰ ਖਿੱਚੀ ਜਾ ਰਹੀ ਸੀ, ਉਸ ਨੂੰ ਠੱਕ ਵਿਆਹ ਦਿੱਤਾ, ਧਾਤਾ ਨਾ ਬਣਿਆ, ਉਹ ਲੋਹੇ ਦਾ ਥੰਮ ਪਾੜਦਾ ਜਾ ਰਿਹਾ ਸੀ, ਖਾਲਸਾ ਨੇ ਪੜਦਾ ਜਾ ਰਿਹਾ ਸੀ। ਭਗਤ ਕਬੀਰ ਜੀ ਕਹਿੰਦੇ ਨੇ ਤਪ ਥੰਮ, ਇੱਕ ਵਾਰੀ ਕਹੋਗੇ ਫਿਰ ਵਾਹਿਗੁਰੂ, ਤਪ ਥੰਮ, ਤਪ ਥੰਮ, ਪਾੜ ਪ੍ਰਗਟ ਭਇਓ, ਪਾੜ ਪਾੜ ਪ੍ਰਗਟ ਭਇਓ, ਨਾਸਕ ਰੂਪ ਅਨੂਪ ਅਗਾਧ, ਔਰ ਗੁਰੂ ਪਿਆਰੇ ਦੇ ਭਗਵਾਨ
ਲੋਹੇ ਦੇ ਥੰਮ ਨੂੰ ਪਾੜ ਕੇ ਪ੍ਰਗਟ ਹੋ ਸਕਦਾ, ਪਰ ਧਨੇ ਦੇ ਪੱਥਰ ਚੁੱਕੂ ਵੜ ਕੇ ਪ੍ਰਗਟ ਨਹੀਂ ਸੀ ਹੋ ਸਕਦਾ। ਬੜੇ 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 ਕਮਾਲ ਦੀ ਗੱਲ ਹੈ। ਉਹ ਸੁਣਦਾ ਹੁੰਦਾ ਸੀ ਕਦੇ ਕੁਛ ਸਮਾਂ ਬਣਿਆ ਤੇ ਵਿਚਾਰ ਕਰਾਂਗੇ, ਮੈਂ ਆਪਣੀ ਮਾਂ ਦਾ ਸਤਸੰਗਤ ਵਿੱਚ ਜਾਣਾ, ਉੱਥੋਂ ਸੁਣਦਾ ਹੁੰਦਾ ਸੀ ਕਿ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਪਰਮੇਸ਼ਰ ਉਹਨਾਂ ਦੇ ਸਾਰੇ ਕੰਮ ਕਰਦਾ। ਮਾਂ ਕਰਨਾ ਪੰਡਿਤ ਲੋਚਣ ਜੀ ਖਾਲਸਾ ਦੀ ਵੀ ਠਾਕਰ ਪੂਜਾ ਕਰਿਆ ਕਰਦੇ ਸਨ, ਉਹ ਪੱਥਰ ਦੀ ਪੂਜਾ ਕਰ ਕਰਕੇ ਨਾ ਪੰਡਿਤ ਲੋਚਣ ਦੀ ਫਿਰਤੀ ਪੱਥਰ ਵਰਗੀ ਹੋ ਗਈ ਸੀ। ਮਾਫ ਕਰਨਾ ਉਹ ਦਿਖਾਵੇ ਦੀ ਭਗਤੀ ਕਰਦਾ ਸੀ, ਪਰ ਧਨੇ ਦੀ ਸੱਚ ਦੀ ਭਗਤੀ ਸੀ, ਵਿਸ਼ਵਾਸ ਦੀ ਭਗਤੀ ਸੀ। ਜਾ ਕੇ ਵਿਸ਼ਵਾਸ ਪ੍ਰਭ ਆਇਆ ਤੱਕ ਗਿਆਨ ਤੁਸ ਮਨ ਪ੍ਰਗਟਾਇਆ। ਮਾਫ ਕਰਨਾ ਤੇ ਜਦੋਂ ਪੰਡਿਤ ਲੋਚਣ ਜੀ ਨਾਲ ਮਿਲਾਪ ਹੋਇਆ ਨਾ ਤੇ ਮਾਫ ਕਰਨਾ ਧਨੇ ਨੇ ਵੀ ਪੁੱਛਿਆ ਸੀ, ਪੰਡਿਤ ਜੀ ਕੀ ਕਰ ਰਹੇ ਸੀ? ਠਾਕੁਰ ਦੀ ਪੂਜਾ ਕਰ ਰਹੇ ਸੀ। ਅੱਛਾ, ਆਖਿਆ ਜੀ ਪੰਡਿਤ ਜੀ ਠਾਕੁਰ ਕੀ ਕਰਦਾ? ਆਖਿਆ ਠਾਕੁਰ ਸਾਰੇ ਕੰਮ ਕਰਦਾ। ਧੰਨਿਆ ਜਿਹੜੇ ਠਾਕੁਰ ਦਾ ਨਾਮ ਜਪਦੇ ਨੇ, ਠਾਕੁਰ ਉਹਨਾਂ ਦੇ ਸਾਰੇ ਕੰਮ ਕਰਦਾ। ਹੁਣ ਧੰਨਾ ਸੋਚਦਾ ਮਾਫ ਕਰਨਾ ਸਭ ਸੁਭਾਅ ਦਾ ਪਿੰਡਾਂ ਦਾ ਜੰਮਿਆ ਪੜਿਆ ਜਾਦਾ ਜੱਟ। ਧੰਨੇ ਨੇ ਆਖਿਆ ਜੀ ਪੰਡਿਤ ਜੀ ਫਿਰ ਮੈਨੂੰ ਵੀ ਇੱਕ ਠਾਕੁਰ ਦੇ ਦਿਓ। ਉਸ ਮੌਕੇ ਪੰਡਿਤ ਮਰਦ ਨੇ ਆਖਿਆ ਧੰਨਿਆ ਤੇਰੇ ਗੁਰੂ ਠਾਕੁਰ ਦੀ ਪੂਜਾ ਨਹੀਂ ਹੋਣੀ। ਮਾਂ ਕਰਨਾ ਗੁਰੂ ਕੀ ਸੰਗਤ ਧੰਨੇ ਨੇ ਆਖਿਆ ਪੰਡਿਤ ਜੀ ਤੁਸੀਂ ਮੇਰੇ ਤੇ ਕਿਰਪਾ ਕਰੋ, ਇੱਕ ਠਾਕੁਰ ਜ਼ਰੂਰ ਦੇ ਦਿਓ। ਪੂਜਾ ਕਰਨੀ ਜਾਂ ਨਾ ਕਰਨੀ ਇਹ ਮੇਰੀ ਡਿਊਟੀ ਹੈ, ਇੱਕ ਠਾਕੁਰ ਦੇ ਦਿਓ। ਪੰਡਿਤ ਲੋਚਨ ਨੇ ਸੋਚਿਆ ਵੀ ਇਹ ਮੂਰਖ ਜੱਟਾ, ਇਹਨੂੰ ਵੀ ਪਤਾ ਪਰਮੇਸ਼ਰ ਦਾ ਭਜਨ ਕਿਵੇਂ ਕਰਨਾ ਹੈ, ਪਰ ਗੋਬਿੰਦ ਭਾਉ ਭਗਤ ਜੱਟ ਅੜੀ ਦਾ ਤੇ ਪੱਕਾ ਹੁੰਦਾ ਨਾ। ਕਈ ਕਹਿੰਦੇ ਨੇ ਕਿ ਸਿੱਖ ਬੜੇ ਲੜਦੇ ਨੇ ਆਪਸੀ, ਸਿੱਖਾਂ ਚ ਕਦੇ ਪਿਆਰ ਹੋ ਹੀ ਨਹੀਂ ਸਕਦਾ। ਉਹ ਤੁਸੀਂ ਦੱਸੋ ਕਦੀ ਸ਼ੇਰ ਇਕੱਠੇ ਰਹਿ ਸਕਦੇ? ਦੱਸੋ ਉਹ ਕਹਿ ਰਹੇ ਵਾਹਿਗੁਰੂ, ਉਹ ਕਦੀ ਸ਼ੇਰ ਇਕੱਠੇ ਰਹਿ ਸਕਦੇ? ਤੁਸੀਂ ਕੋਈ ਖੜਾ ਹੋ ਕੇ ਦੱਸੋ ਕਦੀ ਸ਼ੇਰ ਇਕੱਠੇ? ਤੁਹਾਡੇ ਦੀ ਜਾਗਤੀ ਹੈ ਕੋਈ ਸਾਂਝਾ ਕੰਮ ਕਰੋਗੇ, ਖਾ ਗਿਆ ਕਹੋ ਵਾਹਿਗੁਰੂ। ਜਾਗਤੀ ਹੈ ਨਾ, ਪੈਸੇ ਦੀ ਨਜਾਇਜ਼ ਵਰਤੋਂ ਨਾ। ਉਹ ਕਹਿ ਰਹੇ ਵਾਹਿਗੁਰੂ ਨਾ ਹੋਵੇ, ਜਾਗਤੀ ਹੈ ਜਾਗਤੀ। ਮਾਂ ਕਰਨਾ ਸ਼ੇਰਾਂ ਦੀ ਕੌਮ ਬੰਦੇ ਬੰਦੇ ਗੁਰੂ ਸਾਹਿਬ ਨੇ ਆਖਿਆ ਸੀ ਜਦੋਂ ਮਾਤਾ ਜੀ ਨੇ ਲਿਆ ਕੇ ਨਾ ਉਹ ਬਾਟੇ ਵਿੱਚ ਪਤਾਸੇ ਪਾਏ ਸੀ ਨਾ ਅੰਮ੍ਰਿਤ ਚ, ਗੁਰੂ ਸਾਹਿਬ ਨੇ ਆਖਿਆ ਬਹੁਤ ਚੰਗਾ ਕੰਮ ਕੀਤਾ, ਕਹਿ ਦਿਓ ਬਾਜੇ। ਅੰਮ੍ਰਿਤ ਵਿੱਚ ਇੰਨਾ ਵੀਰ ਰਸ ਭਰਿਆ ਗਿਆ ਸੀ, ਜੇ ਤੁਸੀਂ ਪਤਾਸੇ ਨਾ ਪਾਉਂਦੇ ਮੇਰੇ ਸਿੱਖਾਂ ਵਿੱਚ ਇੰਨਾ ਵੀਰ ਰਸ ਭਰਿਆ ਜਾਣਾ ਸੀ, ਇਹਦਾ ਤਾਂ ਆਪਸ ਜੀ ਲੜ ਲੜ ਕੇ ਮਰ ਜਾਣਾ ਸੀ। ਪਰ ਜਾ ਹੁਣ ਜਿੱਥੇ ਪਤਾਸੇ ਪਾਉਂਦੇ ਮਿੱਠੇ ਵੀ ਹੋਣ ਗਏ, ਠੰਡਾ ਵੀ ਰਿਹਾ ਕਰਨਗੇ ਗੁਰੂ ਕੀ ਸੰਗਤ। ਮਾਂ ਕਰਨਾ ਕਈ ਕਹਿੰਦੇ ਨੇ ਸਿੱਖ ਲੜਦੇ ਨੇ, ਹੁਣ ਸ਼ਹਿਰ ਦੀਆਂ ਮੱਖੀਆਂ ਲੜਦੀਆਂ ਨੇ, ਗੰਦਗੀ ਤੇ ਬਹਿਣ ਵਾਲੀਆਂ ਮੱਖੀਆਂ ਕਦੇ ਨੀ ਲੜਦੀਆਂ। ਕਹਿੰਦੇ ਉਹ ਸ਼ਹਿਰ ਦੀਆਂ ਮੱਖੀਆਂ ਇਸ ਕਰਕੇ ਲੜਦੀਆਂ ਨੇ, ਉਹਨਾਂ ਸ਼ਹਿਦ ਪੈਦਾ ਕਰਨਾ। ਕਹਿ ਦਿਓ ਵਾਹਿਗੁਰੂ ਵਾਹਿਗੁਰੂ। ਐਵੇਂ ਨੀ ਸੀ, ਇਹਨੂੰ ਐਵੇਂ ਥੋੜਾ ਕਰਦੀ ਚਿੜੀ ਉਸੇ ਮੈਂ ਪਾਸ ਦੜਾਉਂ, ਗਿੱਦੜਾ ਕੋਲੋਂ ਸ਼ੇਰ ਮਰਾਉਂ, ਸਵਾ ਲਾਖ ਸੇ ਨੇਤ ਲੜਾਉਂ, ਤਬਾ ਗੋਬਿੰਦ ਸਿੰਘ ਖੈਰ ਰਹੋ ਵਿਚਾਰ ਇਸ ਪਾਸੇ ਨਾ ਜਾਈਏ, ਜੱਟ ਅੜੀ ਦਾ ਤਾਂ ਪੱਕਾ ਹੁੰਦਾ ਹੀ ਹੈ। ਮਾਫ ਕਰਨਾ ਗੁਰੂ ਕੀ ਸੰਗਤ, ਸ਼ਹਿਰਾਂ ਦੇ ਤਾਂ ਛੋਟੇ ਛੋਟੇ ਪ੍ਰਸ਼ਾਦੇ ਹੁੰਦੇ ਨੇ, ਪਰ ਗੁਰੂ ਕੀ ਸੰਗਤ ਪਿੰਡਾਂ ਦੀਆਂ ਰੋਟੀਆਂ ਜਿਹੜਾ ਭਾਰੀਆਂ ਹੁੰਦੀਆਂ ਜੱਟਾਂ ਦਾ ਖਾਣਾ। ਮਾਫ ਕਰਨਾ ਗੁਰੂ ਕੀ ਸੰਗਤ ਆਪਾਂ ਜਾਣਦੇ ਹੀ ਹੈ, ਜਦੋਂ ਖੈਰ ਬਹੁਤੀ ਦੂਰ ਨਾ ਜਾਈਏ। ਕੰਮ ਦੂਜੇ ਦਿਨ ਧੰਨਾ ਜਦੋਂ ਘਰ ਪ੍ਰਸ਼ਾਦਾ ਵਗੈਰਾ ਆਇਆ ਨਾ,
ਸਾਹ ਸਕਤ ਜੀ ਭਾਰੇ ਪ੍ਰਸ਼ਾਦਿਆਂ ਨੂੰ ਗੁਰੂ ਕੇ ਸੰਗਤ ਰੱਖ ਕੇ ਨਾ ਉਸ ਠਾਕਰ ਨੂੰ ਖੁੱਲੇ ਪਾਣੀ ਦੇ ਵਿੱਚ ਇਸ਼ਨਾਨ ਵਗੈਰਾ ਕਰਵਾ ਕੇ, ਖੂਹ ਦੇ ਚਲਦੇ ਪਾਣੀ ਵਿੱਚ ਇਸ਼ਨਾਨ ਕਰਵਾ ਕੇ, ਚਾਦਰ ਵਗੈਰਾ ਵਿਛਾ ਕੇ ਉੱਪਰ ਰੱਖ ਕੇ ਗੁਰੂ ਕੇ ਸੰਗਤ ਗਲ ਚ ਪੰਨੂ ਪਾ ਕੇ ਨਾ ਰੱਖ ਕੇ ਪ੍ਰਸ਼ਾਦਾ ਕਈ ਕਹਿ ਦਿੰਦੇ ਨੇ, ਕਈ ਕਹਿ ਦਿੰਦੇ ਨੇ, ਕਦੇ ਕੋਈ ਸਮਾਂ ਬਣਿਆ ਤੇ ਵਿਚਾਰ ਕਰਾਂਗੇ। ਕਿਰਪਾਨ ਭੇਟ ਕਰਦੇ ਹਾਂ ਨਾ, ਕਿਸੇ ਦਾ ਪ੍ਰਵਾਨ ਹੋ ਗਿਆ, ਉਦਾਰ ਤਾਂ ਜਿਹੜਾ ਆ ਗਿਆ ਉਹ ਪ੍ਰਵਾਨ ਹੋ ਗਿਆ। ਕਈ ਕਾਰਨ ਕਿ ਗੁਰੂ ਸਾਹਿਬ ਨੂੰ ਭੋਗ ਨਹੀਂ ਲਾਉਂਦੇ। ਮਾਸਟਰ ਤਾਰਾ ਸਿੰਘ ਕਿਸੇ ਜ਼ਮਾਨੇ ਚ ਬਾਬਾ ਨਰ ਸਿੰਘ ਜੀ ਦੀ ਵਿਚਾਰ ਚੱਲੀ ਸੀ, ਮਾਸਟਰ ਤਾਰਾ ਸਿੰਘ ਲੱਗਾ ਕਹਿੰਦੀ ਸਾਧਾਂ ਨੇ ਵੱਖਰੀ ਮਰਿਆਦਾ ਚਲਾਈ ਹੈ। ਮਹਾਂਪੁਰਖਾਂ ਨੇ ਆਖਿਆ ਸੀ ਮਾਸਟਰ ਦੇਗ ਤਿਆਰ ਕਰਕੇ ਗੁਰੂ ਗ੍ਰੰਥ ਦੀ ਜੂਰੀ ਚ ਲਿਆਓ। ਅਰਦਾਸ ਅਸੀਂ ਕਰਾਂਗੇ ਕਿ ਗਰੀਬ ਨਵਾਜ ਭੋਗ ਲਾਓ, ਦੇਗ ਤੋੜ ਕੇ ਰੱਖ ਲਓ ਮਾਸਟਰ ਜੀ, ਸਿਰ ਦੀ ਸ਼ਰਤ ਹੋ ਜਾਏ। ਜੇ ਅਰਦਾਸ ਕਰਨ ਤੋਂ ਬਾਅਦ ਦੇਗ ਨਾ ਘਟੇ ਤੇ ਮੇਰਾ ਸਿਰ ਮਾਸਟਰ ਜੀ ਤੁਸੀਂ ਲੈ ਲੈ, ਤੇ ਜੇ ਦੇਗ ਜਾਏ ਘੱਟ ਸਮਝ ਲੈਣਾ ਕਿ ਗੁਰੂ ਨਾਨਕ ਸਾਹਿਬ ਨੇ ਭੋਗ ਲਾ ਦਿੱਤਾ। ਮਾਫ ਕਰਨਾ ਸਿਰ ਸਰ ਦੀ ਸ਼ਰਤ ਹੋ ਜਾਏ, ਸਿਰ ਸਰ ਦੀ ਮਾਫ ਕਰਨਾ ਤੇ ਮਾਸਟਰ ਨੂੰ ਭੱਜਦੇ ਨੂੰ ਰਾਹ ਨਹੀਂ ਸੀ ਮਿਲਿਆ। ਖੈਰ ਇਸ ਪਾਸੇ ਨਾ ਜਾਈਏ। ਕਈ ਕਹਿ ਦਿੰਦੇ ਨੇ ਜੀ ਇਹ ਤਾਂ ਬ੍ਰਾਹਮਣਵਾਦ, ਆਹ ਸ਼ਬਦ ਵੀ ਬ੍ਰਾਹਮਣਵਾਦ ਨੇ, ਇਹ ਸ਼ਬਦ ਵੀ ਬ੍ਰਾਹਮਣਵਾਦ ਨੇ। ਮਾਫ ਕਰਨੀ ਗੁਰੂ ਕੇ ਸਕਤ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਨਾ ਵੋ ਭੋਗ ਰਾਏ, ਇਹ ਬ੍ਰਾਹਮਣਵਾਦ ਹੈ। ਮਾਫ ਕਰਨਾ ਗੁਰੂ ਕੇ ਸਕਤ ਧੰਨੇ ਨੇ ਗਲ ਵਿੱਚ ਪਾ ਕੇ ਪੱਲੂ ਅਰਦਾਸ ਕਰਦਾ ਮਹਾਰਾਜ ਕਿਰਪਾ ਕਰੋ, ਪ੍ਰਸ਼ਾਦਾ ਛਕੋ, ਪ੍ਰਸ਼ਾਦਾ ਛਕੋ, ਪ੍ਰਸ਼ਾਦਾ ਛਕੋ। ਗਰੀਬ ਨਵਾਜ ਇਹ ਤੇ ਮੈਂ ਮੰਨਦਾ ਕਿ ਪੰਡਿਤ ਲੋਚਨ ਦੇ ਘਰੇ ਚੰਗੀਆਂ ਤੋਂ ਚੰਗੀਆਂ ਖੀਰਾਂ, ਚੰਗੇ ਤੋਂ ਚੰਗੇ ਪਦਾਰਥ ਛਕਣ ਵਾਸਤੇ ਆਪ ਨੂੰ ਮਿਲਦੇ ਸਨ। ਮਹਾਰਾਜ ਮੈਂ ਤੇਰੀ ਪੂਜਾ ਵੀ ਚੰਗੀ ਤਰ੍ਹਾਂ ਨਹੀਂ ਜਾਣਦਾ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੇਰੀ ਅਰੁੱਖੀ ਸੁੱਖੀ ਪ੍ਰਵਾਨ ਕਰੋ। ਇੱਕ ਘੜੀ ਬੀਤ ਗਈ, ਦੋ ਘੜੀਆਂ ਬੀਤ ਗਈਆਂ, ਕਰਦੇ ਕਰਦੇ ਹੁਣ ਜੱਟੜੀ ਦਾ ਪੱਕਾ ਚੱਲਦਾ ਹੀ ਹੈ। ਗੁਰੂ ਗੋਬਿੰਦ ਸਮਾਨ ਦੇ ਤਾਂ ਬਚਨ ਆਉਂਦੇ ਖਾਲਸਾ ਡੱਗੂ, ਡੱਗੂ ਕਹਿੰਦੇ ਡਗੇ ਨੂੰ, ਖਾਲਸਾ ਡੱਗੂ ਆ ਢੋਲ ਦੇ ਉੱਤੇ ਡਗਾ ਮਾਰਦੇ ਆਪਾਂ ਜਿਹੜਾ ਮਹਾਰਾਜ, ਖਾਲਸਾ ਡੱਗੂ ਘਰਨੀ ਦੇ ਬਾਹਰ ਚ ਵੱਜੂ, ਘਰਨੀ ਤਾਂ ਬਾਹਰ ਵਿੱਚ ਵੱਜੂ, ਬਾਹਰ ਵੱਜੂ ਪਹਿਲਾਂ ਦੇਖ ਲਓ ਪੰਜਾਬ ਚ ਹੁਣ ਪ੍ਰਮਾਣ ਹੀ ਦੇਣਾ ਪਊਗਾ। ਇੱਕ ਅਕਾਲੀਆਂ ਦੀ ਵਿਚਾਰ ਸੀ ਆਪੇ ਲੜੀ ਗਏ, ਹੁਣ ਸਾਰੇ ਇਕੱਠੇ ਹੋ ਗਏ ਦੂਜੇ ਪਾਸੇ ਲੜੀ ਜਾਣ। ਇਹਨਾਂ ਲੜਨਾ ਹੀ ਲੜਨਾ, ਖਾਲਸਾ ਡੱਗੂ ਘਰਨੀ ਤੇ ਬਾਹਰ ਵੱਜੂ ਖਾਲਸਾ ਜੀ। ਹੁਣ ਜਿਹੜਾ ਧਿਆਨ ਦੇਣਾ ਪਵੇਗਾ ਗੁਰੂ ਕੀ ਸੰਗਤ, ਉਹਨੂੰ ਧੰਨਾ ਅੜੀ ਦਾ ਪੱਕਾ। ਪਰ ਮਾਫ ਕਰਨਾ, ਜਦ ਤਿੰਨ ਘੜੀਆਂ ਗੁਜ਼ਰੀਆਂ ਨਾ ਤੇ ਕਹਿੰਦਾ ਚੰਗਾ ਫਿਰ ਪਾਤਸ਼ਾਹ ਜੇ ਪ੍ਰਸ਼ਾਦਾ ਨਹੀਂ ਛੱਡਣਾ ਫਿਰ ਮੈਂ ਵੀ ਜੂ ਕੇ ਕੀ ਕਰਨਾ, ਮੈਂ ਵੀ ਜੀ ਕੇ ਕੀ ਕਰਨਾ ਜੇ ਆਪਣੇ ਪ੍ਰਸ਼ਾਦਾ ਨਹੀਂ ਛੱਡਣਾ। ਮਾਫ ਕਰਨਾ ਜੇ ਤੋ ਪ੍ਰੇਮ ਖੇਡਣ ਕਾ ਚਾਹੋ, ਸਿਰ ਤਰ ਤਰੀ ਗਰੀ ਮੁਰੀ ਆਓ। ਮਾਫ ਕਰਨਾ ਧੰਨਾ ਕੱਢ ਕੇ ਨਾ ਕਟਾਰ, ਜਦੋਂ ਲੱਗਾ ਆਪਣੇ ਆਪ ਨੂੰ ਮਾਰੂ ਬੱਲੇ 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 ਬੱਲੇ, ਹੁਣ ਮੇਰੇ ਵਰਗੇ ਤਾਂ ਮੇਰੇ ਵਰਗੇ ਗੁਰੂ ਕੇ ਸੰਗਤ ਨਾ ਨਿਤਨਿਮ ਨਾ ਸਿਮਰਨ। ਗੁਰੂ ਕੀ ਸੰਗਤ ਇੱਕ ਵਾਰੀ ਸੀ ਲਖਨਊ ਗਏ, ਉੱਥੇ ਵੀ ਪ੍ਰੇਮੀ ਸੀ, ਨਾਮ ਤਾਂ ਕੀ ਲੈਣਾ, ਆਖਿਆ ਕਰੇ ਜੀ ਮੇਰੇ ਕੋਲ ਤਾਂ ਜੀ ਰਾਤ ਨੂੰ ਥੋਕ ਦੇਣਾ ਦਸਵੇਂ ਪਾਤਸ਼ਾਹ ਦੇ। ਅੱਛਾ, ਉਹ ਸੰਗਤ ਲੱਗੀ ਕਹਿਣ ਵੀ ਆ ਇਹਨੂੰ ਰਾਤ ਨੂੰ ਦੋ ਵਜੇ ਦਸਵੇਂ ਪਾਤਸ਼ਾਹ ਦੇ ਨਾ ਦਰਸ਼ਨ ਹੁੰਦੇ, ਗਰਮੀਆਂ ਦੇ ਦਿਨ ਸੀ। ਮਾਫ ਕਰਨਾ
ਉਹ ਬੜਾ ਉਹਨੇ ਸਾਧ ਸਿੰਘ ਜੀ ਪਖਾੜਤ ਲਾਇਆ। ਗੁਰੂ ਕੀ ਸੰਗਤ ਖੈਰ ਅਸੀਂ ਪ੍ਰੋਗਰਾਮ ਬਣਾ ਵੀ ਕੱਲ ਨੂੰ ਚੱਲੀਏ ਘਰ, ਦਸ ਪੰਦਰਾਂ ਬੰਦੇ ਕਰ ਲਏ ਇਕੱਠੇ। ਜਦ ਗਏ ਖਾਲਸਾ ਜੀ ਰਾਤ ਦੇ ਇੱਕ ਕੁ ਵਜੇ ਦਾ ਸਮਾਂ ਸੀਗਾ, ਜਦੋਂ ਜਾਂਦੇ ਜਾਂਦੇ 2 ਵਜੇ ਦੇ ਵੱਜ ਗਏ ਨਾ, ਤੇ ਖਾਲਸਾ ਜੀ ਗਰਮੀ ਦੀ ਰੁੱਤ ਤੇ ਕੋਠੇ ਦੇ ਉੱਤੇ ਮੱਛਰਦਾਨੀ ਲਾ ਕੇ ਸੁੱਤਾ। ਤੇ ਘਰ ਅਸੀਂ ਬੈਠੇ ਰਹੇ, ਜਾ ਕੇ ਚੁੱਪ ਕਰਕੇ ਦੁਬਾਰੇ ਤੇ ਚੜ ਗਏ। ਕਰਦੇ ਕਰਦੇ 4 ਵਜ ਗਏ, 5 ਵਜ ਗਏ, 5 ਵਜੇ ਦੀ ਅੱਖ ਖੁੱਲੀ ਤੇ ਮਾਫ਼ ਕਰਨਾ ਲੱਗਾ ਕਹਿਣ, ਉਹ ਬਾਬਾ ਜੀ ਕਿੱਧਰ? ਮੈਂ ਕਿਹਾ ਗੁਰਮੁਖਾਂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ 10ਵੇਂ ਪਾਤਸ਼ਾਹ ਦੇ, ਪਰ ਇੱਥੇ ਤਾਂ ਮਾਫ਼ ਕਰਨਾ ਗੁਰੂ ਕੀ ਸੰਗਤ, 10ਵੇਂ ਪਾਤਸ਼ਾਹ ਦੇ ਦਰਸ਼ਨਾਂ ਵਾਲੀ ਗੱਲ ਨਹੀਂ। ਤਦ ਗੁਰੂ ਸਾਹਿਬ ਨੇ ਕਿਹਾ ਸੀ, ਭੇਤ ਦਿਖਾਏ ਜਗਤ ਕੋ ਲੋਕਲ ਸੋ ਬਸ ਕੀ ਅੰਧਕਾਰ ਕਾਤੀ ਕੱਢਿਓ ਪਾਸ ਨਰਕ ਮੋਂ ਲੀਨ, ਔਰ ਧੰਨਾ ਜਦ ਲੱਗਾ ਨਾ ਮਾਰਨ ਛੁਰੀ, ਕੱਢ ਕੇ ਗੁਰੂ ਕੀ ਸੰਗਤ ਕੋ ਵਾਹਣ ਪ੍ਰਗਟ ਹੋ ਗਿਆ। ਹੱਥ ਫੜ ਲਿਆ ਥੱਲੇ ਦਾ, ਤਰਜਾ ਕੀ ਕਰਨ ਆ ਕੀ ਕਰਨ ਲੱਗਾ ਮਾਫ਼ ਕਰਨਾ। ਗੁਰੂ ਕੀ ਸੰਗਤ ਕਦੇ ਨੀ ਕੋਈ ਕਹਿੰਦਾ ਵੀ ਆਰਤੇ ਦਾ ਕੀਰਤਨ ਕਰਨਾ, ਕਹਿੰਦਾ ਕੋਈ ਕਦੀ ਕੋਈ ਕਹਿੰਦਾ ਮਾਫ਼ ਕਰਨਾ? ਜੋ ਭਗਤਾਂ ਨੇ ਪਰਮੇਸ਼ਰ ਦੇ ਪਿਆਰ ਦੇ ਵਿੱਚ ਖਾਲਸਾ ਦੀ ਬਾਣੀ ਉਚਾਰਨ ਕੀਤੀ ਹੈ, ਜੇ ਆਰਤੀ ਜਿਹਨੇ ਆਰਤੀ ਉਚਾਰਨ ਕੀਤੀ ਉਹਦੀ ਆਰਤੀ ਪ੍ਰਵਾਨ ਹੈ, ਜਿਹਨੇ ਆਰਤਾ ਉਚਾਰਨ ਕਰ ਦਿੱਤਾ ਉਹਦਾ ਆਰਤਾ ਪ੍ਰਵਾਨ ਹੈ। ਖਾਲਸਾ ਜੀ ਮਾਫ਼ ਕਰਨਾ, ਕਹਿੰਦੇ ਨੇ ਜਦ ਭਗਵਾਨ ਨੇ ਦਿੱਤੇ ਦਰਸ਼ਨ ਤੇ ਧੰਨੇ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ, ਤੇ ਧੰਨਾ ਮਾਫ਼ ਕਰਨਾ ਫੁੱਲਿਆ ਨੀ ਸਮਾਉਂਦਾ। ਭਗਵਾਨ ਨੇ ਅਗਰ ਧੰਨਿਆ ਕੋਈ ਗੱਲ ਬਾਤ ਸੁਣਾ ਤੇ ਧੰਨਾ ਨਾ ਜੀ ਪਹਿਲਾਂ ਪ੍ਰਸ਼ਾਦਾ ਸਿਰੋ ਗੱਲ ਫੇਰ ਦੱਸੂਗਾ। ਮਾਫ਼ ਕਰਨਾ ਜਦ ਭਗਵਾਨ ਨੇ ਪ੍ਰਸ਼ਾਦਾ ਛਕਿਆ ਨਾ ਤੇ ਥੋੜਾ ਜਿਹਾ ਬਾਕੀ ਰਹਿ ਗਿਆ, ਧੰਨਾ ਕਹਿੰਦਾ ਜੀ ਮੇਰਾ ਵੀ ਖਿਆਲ ਕਰ ਲਓ, ਮੈਂ ਵੀ ਸਵੇਰ ਦਾ ਭੁੱਖਾ ਬੈਠਾ, ਮੇਰਾ ਵੀ ਖਿਆਲ ਕਰ ਲਓ, ਮੈਂ ਵੀ ਸਵੇਰ ਦਾ ਭੁੱਖਾ ਬੈਠਾ। ਜਦ ਸ਼ੀਤ ਪ੍ਰਸਾਦ ਭਗਵਾਨ ਨੇ ਛਕਿਆ, ਆਹਾ ਭਗਤਾਂ ਨੇ ਬਾਣੀ ਇਹਦੇ ਉਚਾਰਨ ਕੀਤੀ ਹੈ, ਜਿਹਨੇ ਬੱਚਾ ਆਪਣੀ ਮਾਂ ਨਾਲ ਗੱਲ ਕਰ ਮਾਨ ਮਾਨ ਕਿਆ ਬਾਤ ਹੈ। ਤਦੇ ਕਹਿੰਦੇ ਭਗਤ ਤੇਰੇ ਮਨ ਭਾਵਦੇ, ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਕਾਮ ਦੇ। ਗੁਰੂ ਕਿਸ਼ਨ ਭਗਵਾਨ ਨੇ ਆਖਿਆ ਧੰਨਿਆ ਹੋਣ ਸੁਣਾ। ਧੰਨਾ ਕਹਿੰਦਾ ਠਾਕਰ ਜੀ ਮੈਂ ਇੱਕ ਗੱਲ ਸੁਣੀ ਹੈ, ਮਾਫ਼ ਕਰ। ਭਗਵਾਨ ਕਹਿੰਦਾ ਧੰਨਿਆ ਤੂੰ ਸੁਣਾ। ਧੰਨਾ ਕਹਿੰਦਾ ਮੈਨੂੰ ਤਾਂ ਕੁਛ ਨਹੀਂ ਆਉਂਦਾ, ਮੈਂ ਤਾਂ ਪੇਂਡੂ ਜੱਟ ਆ, ਮੈਨੂੰ ਤਾਂ ਕੁਛ ਨਹੀਂ ਆਉਂਦਾ। ਪਰਮੇਸ਼ਰ ਕਹਿੰਦਾ ਕੁਝ ਤਾਂ ਸੁਣਾ, ਕੁਝ ਤਾਂ ਸੁਣਾ, ਕੁਝ ਸੁਣਾ। ਧੰਨੇ ਨੇ ਆਖਿਆ ਮਹਾਰਾਜ ਤੂੰ ਰੀਝਦਾ ਸੰਤਾਂ ਭਗਤਾਂ ਦੀਆਂ ਆਰਤੀਆਂ ਦੇ ਉੱਤੇ, ਮੈਨੂੰ ਆਰਤੀਆਂ ਨਹੀਂ ਆਉਂਦੀਆਂ। ਭਗਵਾਨ ਕਹਿੰਦਾ ਕੁਝ ਤੇ ਸੁਣਾ, ਤੈਨੂੰ ਕੁਝ ਤੇ ਸੁਣਾ, ਕੁਝ ਜ਼ਬਾਨ ਤੇ ਹਲਾ, ਕੁਝ ਤੇ ਸੁਣਾ, ਕੁਝ ਸੁਣਾ। ਧੰਨਾ ਕਹਿੰਦਾ ਜੀ ਇੱਕ ਗੱਲ ਸੁਣਾਵਾਂ। ਭਗਵਾਨ ਕਹਿੰਦਾ ਸੁਣਾ। ਧੰਨਾ ਕਹਿੰਦਾ ਆਰਤੀ ਤਾਂ ਨਹੀਂ ਆਉਂਦੀ, ਮੈਨੂੰ ਆਰਤਾ ਆਉਂਦਾ। ਕਹਿੰਦਾ ਮੈਨੂੰ ਆਰਤਾ ਆਉਂਦਾ ਮੈਂ ਸੁਣਨਾ। ਭਗਵਾਨ ਕਹਿੰਦਾ ਤੂੰ ਆਰਤਾ ਹੀ ਸੁਣਾ, ਆਰਤਾ ਹੀ ਸੁਣਾ, ਸੁਣਾ ਆਰਤਾ, ਤੂੰ ਆਰਤਾ ਹੀ ਸੁਣਾ, ਤੂੰ ਸੁਣਾ ਤਾਂ ਸਹੀ। ਉਸ ਮੌਕੇ ਭਾਗਾਂ ਵਾਲਿਓ ਧੰਨਾ, ਧੰਨਾ ਕਹਿੰਦਾ ਗੋਪਾਲ ਤੇਰਾ ਆਰਤਾ। ਭਗਵਾਨ ਕਹਿੰਦਾ ਉਹ ਆਹ ਕੀ ਗੱਲ ਬਣੀ, ਆਹ ਕੀ ਗੱਲ ਬਣੀ? ਧੰਨਾ ਕਹਿੰਦਾ ਮੈਂ ਤਾਂ ਪਹਿਲਾਂ ਆਖਿਆ ਮੈਨੂੰ ਹੋਰ ਨੀ ਕੁਛ ਆਉਂਦਾ। ਭਗਵਾਨ ਨੂੰ ਕਹਿੰਦਾ ਵੀ ਮੈਂ ਤਾਂ ਪਹਿਲਾਂ ਕਹਿ ਦਿੱਤਾ ਆਰਤਾ ਹੁੰਦਾ, ਸੁਣਨਾ ਤਾਂ ਸੁਣਾ ਲੈਣਾ। ਭਗਵਾਨ ਕਹਿੰਦਾ ਸੁਣਾ ਬਈ। ਕਹਿੰਦਾ ਗੋਪਾਲ ਤੇਰਾ ਆਰਤਾ, ਗੋਪਾਲ ਤੇਰਾ ਆਰਤਾ। ਭਗਵਾਨ ਕਹਿੰਦਾ ਅੱਗੇ ਸੁਣਾ। ਧੰਨਾ
ਨਾ ਕਹਿੰਦਾ ਮੈਂ ਸੁਣਿਆ, ਉਹ ਤਾਂ ਵੇਖਣਾ ਚਾਹੁੰਦਾ, ਕਹਿ ਦਿਓ ਵਾਹਿਗੁਰੂ। ਉਹ ਸਾਡੇ ਵਾਂਗੂ ਨਹੀਂ ਕਿ ਸਾਡਾ ਫਲਾਣਾ ਕੰਮ ਕਰਦੇ, ਸਾਡਾ ਫਲਾਣਾ ਕੰਮ ਕਰਦੇ, ਉਹ ਤਾਂ ਵੇਖਣਾ ਚਾਹੁੰਦਾ ਕਿ ਉਹਦਾ ਠਾਕਰ ਕਿਵੇਂ ਕੰਮ ਕਰਦਾ। ਉਹ ਤਾਂ ਵੇਖਣਾ ਚਾਹੁੰਦਾ, ਜਦ ਤੱਕ ਨਾ ਦੇਖੋ ਆਪਣੀ ਨਹੀਂ ਆਉ ਨਾ ਮੰਨੋ ਖੁਰਕੀ, ਗੜੀ ਨੂੰ ਵੇਖਣਾ ਚਾਹੁੰਦਾ ਤਾਂ ਪ੍ਰਤੱਖ ਵੇਖਣਾ ਚਾਹੁੰਦਾ ਸਾਡੇ ਵਾਂਗੂ ਥੋੜਾ। ਮਾਫ਼ ਕਰਨਾ, ਗੁਰੂ ਤੇ ਸਖਤ ਤੇ ਭਗਵਾਨ ਨੇ ਭਗਵਾਨ ਨੂੰ ਧੰਨਾ ਕਹਿੰਦਾ ਮੈਂ ਸੁਣਿਆ। ਭਗਵਾਨ ਕਹਿੰਦਾ ਕੀ ਸੁਣਿਆ, ਕੀ ਸੁਣਿਆ? ਕਹਿੰਦਾ ਗੋਪਾਲ ਤੇਰਾ ਆਪਦਾ ਮੈਂ ਸੁਣਿਆ। ਭਗਵਾਨ ਕਹਿੰਦਾ ਕੀ ਸੁਣਿਆ? ਕਹਿੰਦਾ ਮਹਾਰਾਜ ਮੈਂ ਸੁਣਿਆ ਕਿ ਜੋ ਜਨ ਤੁਮਰੀ ਭਗਤ ਕਰਨ ਤੇ ਜਿਹੜੇ ਤੇਰੀ ਭਗਤੀ ਕਰਦੇ ਨੇ ਤੂੰ ਉਹਨਾਂ ਦੇ ਕੰਮ ਸਵਾਰਦਾ, ਉਹਦੇ ਕੰਮ ਕਰਦਾ। ਮੈਂ ਸੁਣਿਆ ਕਿ ਠੀਕ ਆ ਨਾ? ਭਗਵਾਨ ਕਹਿੰਦਾ ਧੰਨਿਆ, ਉਹ ਤੇਰਾ ਕਿਹੜਾ ਗੱਡਾ ਖੁਬਿਆ, ਦੱਸ ਬਈ ਤੂੰ ਦੱਸ ਬਈ ਤੇਰਾ ਕਿਹੜਾ ਕੰਮ ਆ। ਧੰਨਾ ਕਹਿੰਦਾ ਪਹਿਲਾਂ ਜੋ ਮੈਂ ਕਹਿ ਰਿਹਾ ਕੀ ਆ? ਠੀਕ ਆ। ਭਗਵਾਨ ਕਹਿੰਦਾ ਦੱਸ, ਜੋ ਜਨ ਤੁਮਰੀ ਭਗਤ ਕਰਨ ਤੈ ਤਿਨਕੇ ਕਾਜ ਸਵਾਰ। ਠੀਕ ਹੈ ਭਗਵਾਨ ਕਹਿੰਦਾ ਬਿਲਕੁਲ ਠੀਕ ਹੈ, ਪਰ ਤੂੰ ਕੰਮ ਤਾਂ ਦੱਸ। ਹੁਣ ਭਗਤ ਕਬੀਰ ਜੀ ਨੇ ਜੋ ਮੰਗਿਆ ਉਲਟ ਮੰਗਿਆ, ਮਾਫ ਕਰ ਲੈ ਇੱਥੇ ਜੱਟ ਹੈ, ਜੱਟ ਨੇ ਹੁਣ ਵੱਡੀਆਂ ਗੱਲਾਂ ਮੰਗਣੀਆਂ ਸੀ। ਕਬੀਰ ਜੀ ਸਭ ਕਦਰ ਗੋਸਲ ਮੰਗੂ ਦਾਲ ਲੇ ਮੁਹ ਗੋਲੋ ਵਕਤ ਜਵਾਬੋ, ਇੱਧਰ ਜੱਟ ਹੈ ਕਹਿੰਦਾ ਦਾਲ ਸਿੱਧਾ ਮੰਗੂ ਘੀਓ ਹਮਰਾ ਖੁਸ਼ੀ ਕਰੇ ਨਿਤ ਜੀਓ, ਦਾਲ ਚਾਹੀਦੀ ਆਹ ਚਾਹੀਦਾ। ਪਰਮੇਸ਼ਰ ਕਹਿੰਦਾ ਫਿਰ ਪਰਮੇਸ਼ਰ ਕਹਿੰਦਾ ਜੱਟ ਦਾ
ਜੱਟ ਦੀ ਜ਼ਮੀਨ ਵਾਸਤੇ ਪਾਣੀ ਦੀ ਲੋੜ ਹੁੰਦੀ ਹੈ। ਜੈਪੁਰ ਦੇ ਲਾਗੇ ਧਨੇ ਦਾ ਪਿੰਡ ਪੈਂਦਾ ਖਾਲਸਾ ਜੀ, ਜਿੱਥੇ ਪਾਣੀ ਦਾ ਵਾਟਰ ਲੈਵਲ ਅੱਜ ਵੀ 450 ਫੁੱਟ ਜਾਂ 500 ਫੁੱਟ ਦੀ ਗਹਿਰਾਈ ਤੇ ਜੇ ਕੋਈ ਕਹਿ ਦਿੰਦਾ ਵਾਹਿਗੁਰੂ 450-500 ਫੁੱਟ ਦੀ ਗਹਿਰਾਈ ਤੇ ਅੱਜ ਵੀ ਵਾਟਰ ਲੈਵਲ ਉਸ ਇਲਾਕੇ ਵਿੱਚ ਜਿਸ ਇਲਾਕੇ ਵਿੱਚ ਭਗਤ ਧੰਨਾ ਹੋਇਆ। ਧੰਨੇ ਨੇ ਆਖਿਆ ਮੈਂ ਪੜੀਆਂ ਸ਼ਾਦ ਨੀਕਾ ਮਾਝ ਵਾਂਗੂ ਸਤ ਸਿੱਕਾ, ਮਹਾਰਾਜ ਪਾਣੀ ਦੀ ਕਿਰਪਾ ਕਰਦੇ ਜੇ ਪਾਣੀ ਹੋ ਜੂਗਾ ਤਾਂ ਫਸਲ ਆਪੇ ਹੋ ਜੂਗੀ, ਕਹਿ ਦੇ ਵਾਹਿਗੁਰੂ ਵਾਹਿਗੁਰੂ। ਅੱਜ ਇੱਥੇ ਧੰਨੇ ਦਾ ਖੂਹ ਸੀ, ਭਗਵਾਨ ਨੇ ਆਖਿਆ ਧੰਨਿਆ ਮਾਰ ਝਾਤੀ ਜੇ ਪਾਣੀ ਮੰਗਿਆ ਦਿਓ ਮਾਰ ਝਾਤੀ, ਕਹਿ ਦਿਓ ਵਾਹਿਗੁਰੂ। ਜਦੋਂ ਧੰਨੇ ਨੇ ਪਾਣੀ ਦੀ ਗੱਲ ਕੀਤੀ ਨਾ, ਪਾਣੀ ਮੰਗਿਆ, ਸੱਤ ਕਿਸਮ ਦਾ ਨਾਲ ਮੰਗਿਆ, ਪਤਾ ਨੀ ਕੀ ਉਹਨੇ ਮੰਗਿਆ। ਕਹਿੰਦੇ ਨੇ ਕਿ ਪਰਮੇਸ਼ਰ ਕਹਿ ਖੂਹ ਝਾਤੀ ਮਾਰ, ਅੱਜ ਵੀ ਉਸ ਖੂਹ ਦੇ ਵਿੱਚ ਨਾ ਖਾਲਸਾ ਜੀ ਉਸ ਖੂਹ ਦੇ ਕੱਢੇ ਦੇ ਕੱਢ ਕੇ ਬੰਦਾ ਪਾਣੀ ਦੀ ਬਾਲਟੀ ਲੈ ਕੇ ਨਾ ਐ ਝੋਕ ਕੇ ਪਾਣੀ ਦੀ ਬਾਲਟੀ ਭਰ ਲੈਂਦਾ, ਵਾਟਰ ਲੈ ਉੱਪਰ ਆ ਗਿਆ। ਹੋਰ ਮੰਗਰ ਧੰਨਿਆ ਧੰਨਾ ਖੁੱਲਿਆ ਨੀ ਸੀ ਸਮਾਨ ਦਾ, ਕਹਿੰਦਾ ਠਾਕ ਨਾ ਉਹ ਇੰਨਾ ਭੋੜਾ, ਕਹਿ ਦਿਓ ਵਾਹਿਗੁਰੂ। ਭਗਵਾਨ ਕਹਿੰਦਾ ਧੰਨਿਆ ਕੁਝ ਹੋਰ ਮੰਗ ਲੈ, ਕਹਿੰਦਾ ਮਹਾਰਾਜ ਪੰਡਿਤ ਗੁਰਵਰਤਨ ਜੀ ਦਾ ਤਾਂ ਚੜ ਜਾਂਦਾ ਸੀ, ਆਪਾਂ ਜੱਟ ਹੁੰਦੇ ਹਾਂ ਮਹਾਰਾਜ, ਤੁਹਾਨੂੰ ਪਤਾ ਜੱਟ ਨੂੰ ਹੱਟ ਭੰਨ ਕੇ ਕਮਾਈ ਕਰਨੀ ਪੈਂਦੀ ਹੈ। ਮੈਂ ਇੱਕ ਮੱਝ ਚਾਹੀਦੀ, ਇੱਕ ਗਾਂ ਚਾਹੀਦੀ, ਗਊ ਮਹਿਸਮਾ ਕੋ ਲਬੇਰੀ, ਮਹਿਸਮਾ ਕੋ ਲਬੇਰੀ, ਇੱਕ ਤਾਜਣ ਤੁਰੀ, ਇੱਕ ਗਾਂ ਚਾਹੀਦੀ, ਇੱਕ ਮੱਝ ਚਾਹੀਦੀ। ਫਿਰ ਮਹਾਰਾਜ ਜ਼ਮੀਨਾਂ ਖੁੱਲੀਆਂ ਨੇ, ਇੱਕ ਖੇਤਾਂ ਨੂੰ ਗੇੜਾ ਮਾਰਨ ਵਾਸਤੇ ਨਾ ਇੱਕ ਘੁੱਗੀ ਵੀ ਚਾਹੀਦੀ, ਘੋੜੀ ਆ ਕਈ ਕਹਿੰਦੇ ਨੇ ਜੀ ਮੰਗਣਾ ਨੀ ਚਾਹੀਦਾ, ਇੱਥੋਂ ਦਾ ਮੰਗਣਾ ਅਸੀਂ ਰੋਣਾ ਵੀ ਗੁਰੂ ਅੱਗੇ, ਕਹਿ ਦਿਓ ਵਾਹਿਗੁਰੂ। ਅਸੀਂ ਹੱਸਣਾ ਵੀ ਗੁਰੂ ਅੱਗੇ, ਸਾਡੀਆਂ ਖੁਸ਼ੀਆਂ ਵੀ ਇੱਥੇ ਸਾਡੇ ਰੋਮਾਂ ਕਰਨ, ਐਵੇਂ ਥੋੜਾ ਦੱਸਣਾ ਕੀਤਾ ਗੁਰੂ ਕੀ ਸੰਗਤ ਨਾਨਕ ਸਤਿਗੁਰ ਭੇਟੀ ਜਾਂ ਪੂਰੀ ਹੋਵੇ ਜੁਗਤ। ਫਿਰ ਹੱਸਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ, ਹਰ ਸਮੇਂ ਗੁਰੂ ਪਾਸੋਂ ਮੰਗਣਾ ਨੀ ਤੋਰ ਕੁੱਥੋਂ ਮੰਗਣਾ। ਖੈਰ ਰਹੋ ਵਿਚਾਰ ਦਾਸ ਅੱਜ ਕਰ ਰਿਹਾ ਸੀ, ਕਹਿੰਦੇ ਨੇ ਕਿ ਧੰਨਾ ਲੱਗਾ ਕਰ ਮਹਾਰਾਜ, ਇੱਕ ਮਹਿਸ ਵੀ ਚਾਹੀਦੀ, ਇੱਕ ਘੋੜੀ ਚਾਹੀਦੀ, ਹੋਰ ਕੀ ਮੰਗਿਆ, ਸਾਡੇ ਪਿੰਡਾਂ ਦੇ ਵਿੱਚ ਜ਼ਿਮੀਦਾਰ ਲੋਕ ਨਾ ਮੱਕੀਆਂ ਦੀਆਂ ਗਡਾਈਆਂ ਦੇ ਕਮਾ ਦੀਆਂ, ਜਿਹਨੂੰ ਪੀਸ ਵੀ ਕਹਿ ਦਿੰਦੇ, ਗੰਨਾ ਵੀ ਕਹਿ ਦਿੰਦੇ, ਗੰਨੇ ਦੀਆਂ ਗੁਡਾਈ ਵਗੈਰਾ ਜ਼ਿਆਦਾ ਚੱਲਦੀ ਹੁੰਦੀ। ਧੰਨਾ ਕਹਿੰਦਾ ਮਹਾਰਾਜ ਆ ਝਾਤੀ ਮਾਰ ਕੇ ਵੇਖੋ, ਆ ਕਿਤੇ ਕਮਾਲ ਦੀ ਕਿਤੇ ਗੰਨਿਆਂ ਦੀ ਗੁਡਾਈ ਕਰਨ ਵਾਲੀ, ਕਿਤੇ ਮੱਕੀਆਂ ਗੋਡਣ ਵਾਲੀਆਂ ਨੇ। ਤੇ ਪਰਮੇਸ਼ਰ ਕਹਿੰਦਾ ਧੰਨਿਆ ਮਾਰ ਝਾਤੀ, ਇੱਕ ਹੈ ਅਨੇਕ ਹੈ ਫਿਰ ਇੱਕ ਹੈ ਧੰਨਾ, ਜਿੱਧਰ ਝਾਤੀ ਮਾਰਦਾ ਕੋਈ ਠਾਕੁਰ ਉੱਧਰ, ਕੋਈ ਉੱਧਰ, ਕੋਈ ਉੱਧਰ। ਧੰਨਾ ਕਹਿੰਦਾ ਕਹਿੰਦਾ ਠਾਕਰਾ ਤੂੰ ਕੋਈ ਬੰਦਾ ਹੈ ਕਿ ਜਾਦੂ ਕਰ, ਹਰਨ ਭਰਨ ਜਾ ਕਰ ਨੇਤਰ ਤੋਂ ਸਿੱਖਾ ਮੰਦਨਾ ਜਾਣੇ। ਹੋਰ ਧੰਨਾ ਕਹਿੰਦਾ ਤੇਰੀ ਭਗਤੀ ਦਾ ਮਜ਼ਾ ਆ ਗਿਆ, ਪਰਮੇਸ਼ਰ ਦਾ ਨਾਮ ਜਪਦੇ ਨੇ, ਠਾਕੁਰ ਦਾ ਭਜਨ ਕਰਦੇ ਨੇ, ਠਾਕੁਰ ਉਹਨਾਂ ਦੇ ਸਾਰੇ ਕੰਮ ਕਰਦਾ, ਮਾਫ ਕਰਨਾ। ਕਹਿੰਦਾ ਪੰਡਿਤ ਲੋਚਨ ਜੀ ਹੋਈ ਐਵੇਂ ਨੀ ਸੀ ਕਹਿੰਦੇ, ਧੰਨਿਆ ਠਾਕੁਰ ਤੂੰ ਜੋ ਮੰਗੀਏ ਤੂੰ ਮਿਲਦਾ, ਧੰਨਾ ਮਾਫ ਕਰਨਾ ਗੁਰੂ ਕੀ ਸੰਗਤ ਬਾਬਾ ਬੰਦਾ ਬੋਲੇ ਠਾਕੁਰ ਜੀ ਉਹ ਤੇਰੀ ਭਗਤੀ ਦਾ ਮਜ਼ਾ ਆ ਗਿਆ, ਮਾਫ ਕਰਨਾ ਗੁਰੂ ਕੀ ਸੰਗਤ ਧੰਨਾ ਖੁੱਲਿਆ ਨੀ ਸਮਾਉਂਦਾ। ਤੇ ਠਾਕੁਰ ਕਹਿੰਦਾ ਭਗਵਾਨ ਕਹਿੰਦਾ ਕੁਝ ਹੋਰ ਮੰਗ ਲੈ, ਧੰਨਾ ਕਹਿੰਦਾ ਮਹਾਰਾਜ ਜੀ ਘੋੜ ਕਿਰਪਾ ਕਰੋ ਕੀ। ਭਗਵਾਨ ਕਹਿੰਦਾ ਭਗਵਾਨ ਸਾਡੇ ਨਾਲ ਗੁਆਂਢੀਆਂ ਦੇ ਮੁੰਡੇ ਦਾ ਹੋਇਆ ਵਿਆਹ, ਉਹਨਾਂ ਦੀ ਨੂੰਹ ਕਈ
ਕਰ ਇੰਨੀ ਲੜਾਕੀ ਆ ਗਈ, ਸਾਰੇ ਪਰਿਵਾਰ ਨੂੰ ਖੰਜੇ ਲੈ ਚਲਾਏ ਆ। ਮਾਂ ਕਰਦਾ ਮਹਾਰਾਜੇ ਹੋਰ ਕਿਰਪਾ ਕਰੋ, ਭਗਵਾਨ ਕਹਿੰਦਾ ਕੀ? ਕਹਿੰਦਾ ਮੈਂ ਕਹਿੰਦਾ ਮਹਾਰਾਜ ਜਿੱਥੇ ਇੰਨੀ ਕਿਰਪਾ ਕੀਤੀ ਘਰ ਕੀ ਜੀਹਨ ਚੰਗੀ, ਬੜੇ ਘਰਵਾਰ ਘਰਵਾਲੀ ਨਾ, ਬੜੇ ਮਿੱਠ ਬੋਲੜੀ ਹੋਵੇ, ਠੰਡੇ ਸੁਭਾਅ ਦੀ ਹੋਵੇ, ਆਗਿਆਕਾਰੀ ਹੋਵੇ, ਹੈ ਘਰ ਕੀ ਜੀਹਨ ਚੰਗੀ, ਜਨ ਧੰਨਾ ਲੈਣਾ। ਮੰਗੀ ਭਗਵਾਨ ਨੇ ਆਖਿਆ ਜਾ ਧੰਨਿਆ, ਐਸਾ ਹੀ ਹੋਵੇਗਾ। ਉਹ ਫੁੱਲਿਆ ਨੀ ਸਮਾਉਂਦਾ, ਕਿਤੇ ਕਾਹਦੀਆਂ ਹੱਕ ਦਾ ਭਗਵਾਨ, ਕਿਤੇ ਖੇਤਾਂ ਦੇ ਵਿੱਚ ਮੱਕੀ ਦੀਆਂ ਕਟਾਈਆਂ, ਕਿਤੇ ਗੰਨੇ ਦੀਆਂ ਕਟਾਈਆਂ, ਕਿਤੇ ਭਗਵਾਨ ਖੂਹ ਹੱਕਦਾ ਤੇ ਧੰਨਾ ਫੁੱਲਿਆ ਨੀ ਸਮਾਉਂਦਾ। ਮਾਫ ਕਰਨਾ ਗੁਰੂ ਕੀ ਸੰਗਤ, ਤੇ ਕਹਿੰਦੇ ਨੇ ਕਿ ਭਗਵਾਨ ਉਹਦੇ ਖੂਹਾਂ ਨੂੰ ਹੱਕਦਾ ਫਿਰਦਾ ਸੀ, ਬਦਲ ਫਦਰ ਫਦਰ ਉਹਦੇ ਪਿਆਰ ਦੇ ਵਿੱਚ ਆ ਕੇ, ਉਹਦੇ ਪਿਆਰ ਵਿੱਚ ਆ ਕੇ ਗੁਰੂ ਕੀ ਸੰਤਤੇ ਦੇ ਪਾਤਸ਼ਾਹ ਕਹਿੰਦੇ ਨੇ ਸਾਚ ਕਹੂੰ ਸੁਣ ਲਿਓ ਸਦਾ, ਜਿਨ ਪ੍ਰੇਮ ਕੀਓ ਜਿਨ ਹੀ ਪ੍ਰਪਾਇਓ। ਤੇ ਤੀਜੇ ਕੁ ਦਿਨ ਨਾਲ ਕਹਿੰਦੇ ਨੇ ਪੰਡਿਤ ਲੋਚਨ ਜੀ ਕਹਿੰਦੇ ਭਗਤ ਧੰਨੇ ਦੇ ਖੂਹ ਤੇ ਨਹਾਉਣ ਵਾਸਤੇ ਆਏ, ਤੇ ਪੰਡਿਤ ਲੋਚਨ ਅੱਖਾਂ ਵਾਲਿਆਂ ਨੂੰ ਦਿਸਦਾ ਅੰਨੇ ਨੂੰ ਕਿੱਥੇ ਦੱਸਦਾ, ਆਮਾ ਦੀ ਕਿਤਾਬ ਤਾਂ ਉਹ ਪੜੂਗਾ ਜਿਹਨੇ ਜ਼ਿੰਦਗੀ ਦਾ 16 ਸਾਲ ਲਾਏ ਨੇ, ਹੁਣ ਅਨਪੜ੍ਹ ਦੇ ਅੱਗੇ ਕਿਤਾਬ ਰੱਖ ਦੋ ਕੀ ਪੜੂਗਾ, ਉਹਨੂੰ ਕੀ ਦਿਖੂਗਾ, ਕੌਣ ਹੈ ਗੁਰੂ? ਉਹ ਰੱਬ ਤਾਂ ਉਹਨੂੰ ਦਿਸੂਗਾ ਜਿਹਨੇ ਰੱਬ ਦੀ ਭਗਤੀ ਕੀਤੀ ਆ। ਨਾਨਕ ਸਹਿ ਅੱਖੀਆਂ ਬਿਆਨ ਜਿਨ੍ਹਾਂ ਦਸੰਦੋ ਮਾਪੀ, ਉਹ ਅੱਖੀਆਂ ਹੋਰ ਨੇ ਐ ਦੱਸਦੀ ਗੁਰਬਾਣੀ, ਅੱਖੀਆਂ ਹੀ ਹੋਰ ਨੇ ਜਿਨ੍ਹਾਂ ਨਾਲ ਪ੍ਰੀਤਮ ਦਿਸਦਾ, ਅੱਖੀਆਂ ਯਾਰ ਦੀ ਦੀਦ ਬਣ
ਬਦਲੇ ਤੇਰਾ ਗੁਪਨ ਦੀ ਆਂਦਾ ਰੂਪ ਧਾਰਦਾ ਹੈ ਤੇਰੀ ਸੂਰਤ ਰੱਬ ਦੀ ਹੈ ਸੂਰਤ ਤੇਰੀ ਸੂਰਤ ਰੱਬ ਦੀ ਹੈ ਸੂਰਤ ਅਸਾਂ ਰੱਬ ਨੂੰ ਤੱਕ ਕੇ ਕੀ ਲੈਣਾ ਇਹ ਤਾਂ ਗੱਲਾਂ ਨੇ ਸੱਜਣਾ ਰਾਜ ਦੀਆਂ ਬਈ ਅਸਾਂ ਜੱਗ ਨੂੰ ਦੱਸ ਕੇ ਕੀ ਲੈਣਾ ਮਹਿਮਾ ਭੇਦ ਨਾ ਜਾਣੇ ਸਾਧ ਦੀ ਮਹਿਮਾ ਮੈਂ ਕਾਹਦੀ ਕਮਾਈ ਹੈ ਤੁਸੀਂ ਪ੍ਰਸ਼ਾਦਾ ਨਹੀਂ ਛਕਿਆ ਮੈਂ
ਆਪਾਂ ਮਾਰਨ ਤੇ ਤੁਸੀਂ ਨਾ ਮਾਂ ਭਰ ਨੇ ਮੈਨੂੰ ਦਰਸ਼ਨ ਦੇ ਦਿੱਤੇ। ਭਗਵਾਨ ਨੇ ਆਖਿਆ ਧੰਨਿਆ ਐਸਾ ਨੀ ਉਰਾ ਜਦੋਂ ਰੱਖਿਆ ਧੰਨੇ ਦੇ ਸਿਰ ਤੇ ਹੱਥ ਤੇ ਪਿਛਲਾ 100 ਜਨਮ ਦਿਖਾ 100 ਜਨਮ ਤੋਂ ਬਾਅਦ ਦਰਸ਼ਨ ਹੋਏ ਨਾ ਦਰਸ਼ਨ ਤੋਂ ਬੋਚੇ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ ਸਾਰੇ ਕਹਿੰਦੇ ਦਰਸ਼ਨ ਹੋ ਜਾਣ ਪੂਰੇ ਕਰਮ ਹੁਣ ਤਾਂ ਹੁੰਦੇ ਨੇ ਹੁਣ ਧੰਨਾ ਕਿਧਰੇ ਖਾਲਸਾ ਦੀ ਮਾਤਰ ਦਾ ਧੂਣੀਆਂ ਪਾਉਂਦਾ ਕਿਹੜੇ ਜਲ ਧਾਰੇ ਕਰਦਾ ਕਿਸੇ ਪਿਛਲਾ 100 ਜਨਮ ਦਿਖਾ ਦਿੱਤਾ ਪਰ ਧੰਨਾ ਕਹਿੰਦਾ ਠਾਕੁਰ ਜੀ ਸਭ ਕੁਝ ਠੀਕ ਆ ਸਭ ਕੁਝ ਠੀਕ ਆ ਪਰ ਕਿਰਪਾ ਕਰੋ ਜਦੋਂ ਮੇਰੇ ਤੇ ਕਿਰਪਾ ਕੀਤੀ ਪੰਡਿਤ ਲੋਚਨ ਜੀ ਤੇ ਵੀ ਕਿਰਪਾ ਕਰੋ ਦਰਸ਼ਨ ਦਿਓ ਭਗਵਾਨ ਕਹਿੰਦਾ ਕਹਿੰਦਾ ਧੰਨਿਆ ਤਲੋਚਨ ਨੂੰ ਦਰਸ਼ਨ ਨਹੀਂ ਹੋ ਸਕਦੇ ਮਾਤਰ ਨਾਲ ਜਾਕੜੀ ਦਾ ਪੱਕਾ ਤਾਂ ਹੁੰਦਾ ਹੀ ਹੈ ਕਹਿੰਦਾ ਜੇ ਪੰਡਿਤ ਲੋਚਨ ਨੂੰ ਦਰਸ਼ਨ ਨਹੀਂ ਚੜਿਆ ਮੇਰੀ ਪ੍ਰਾਣੀ ਦੇ ਦਿਓ ਡੰਡਾ ਹੁੰਦਾ ਜਿਹੜਾ ਖੂਹ ਹੱਕ ਦੇ ਬਾਬਾ ਨੂੰ ਆਖਿਆ ਜਾਂਦਾ ਸਿੱਧਰ ਅੱਜ ਕੱਲ੍ਹ ਤਾਂ ਸਾਇੰਸ ਦਾ ਜ਼ਮਾਨਾ ਆ ਗਿਆ ਪਹਿਲੇ ਸਮੇਂ ਚ ਖੂਹ ਹੁੰਦੇ ਤੇ ਅੰਗਰੇਜ਼ੀ ਚ ਵਹਿਲ ਕਹਿ ਦਿੰਦੇ ਨੇ ਸ਼ਾਇਦ ਤੇ ਮਾਤਰ ਨੇ ਖੂਹਾਂ ਦਾ ਪਾਣੀ ਵਰਤਿਆ ਜਾਂਦਾ ਸੀ ਧੰਨਾ ਕਹਿੰਦਾ ਜੀ ਹੁਣ ਇੰਝ ਕਰਨ ਦੀ ਜੇ ਤਲੋਚਨ ਦਰਸ਼ਨ ਨਹੀਂ ਨਾ ਦੇਣੇ ਤਾਂ ਪ੍ਰਾਣੀ ਮੇਰਾ ਡੰਡਾ ਮੈਨੂੰ ਦੇ ਦੇ ਮੈਂ ਆਪਣੇ ਬੰਦੇ ਹੀ ਹਕੌੜੇ ਤੁਹਾਡੇ ਕੋਲੋਂ ਜਾਓ ਕਰ ਗਿਆ ਜੀ ਅੜੀ ਕਰ ਗਿਆ ਫਿਰ ਪੜ ਲਓ ਨਾ ਇੱਕ ਵਾਰੀ ਮੇਰੀ ਬੰਦੀ ਤੂੰ ਛਡਾਉਂਦਾ ਨੇ ਸਾਧੂ ਸੰਤਾਂ ਦੀ ਬੰਦੀ ਮੈਥੋਂ ਨਾ ਛੁੱਟੇ ਸੀ ਮੇਰੀ ਛੋਟੀ ਜਿਹੀ ਬੇਨਤੀ ਲੱਗਾ ਕਰਨ ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਮੰਨ ਲਓਗੇ ਹਾਂਜੀ 29 ਤਰੀਕ ਦਾ ਇੱਥੇ ਦੀਵਾਨ ਹੈ ਕੀ ਸੋਰੀ 9 ਦਾ ਜੀ 9 ਤਰੀਕ ਦਾ ਇੱਥੇ ਖਾਲਸਾ ਜੀ ਆਖਰੀ ਦੀਵਾਨ ਹੈ ਸਟੂਲ ਦਾ ਤੇ ਮੇਰੀ ਸਾਰੀ ਸੰਗਤ ਦੇ ਚਰਨੇ ਦੋਵੇਂ ਹੱਥ ਜੁੜ ਕੇ ਬੇਨਤੀ ਹੈ ਕਿ ਆਪਣੀ ਇੱਕ ਇੱਕ ਦਿਨ ਦੀ ਜਿੰਨੀ ਤਨਖਾਹ ਬਣਦੀ ਨਾ ਇੱਥੇ ਲਿਆ ਕੇ ਦੇ ਜੀਓ ਪਰ ਮੇਰੀ ਆਦਤ ਹੈ ਮੈਂ ਤਾਂ ਭਾਈ ਤੁਹਾਨੂੰ ਕਹਿੰਦਾ ਹੀ ਰਹੂੰਗਾ ਕਹਿੰਦਾ ਹੀ ਰਹੂੰਗਾ ਅੱਜ ਵੀ ਸਾਡੇ ਸਿੰਘ ਜਾ ਕੇ ਆਏ ਨੇ ਇਹਨੂੰ ਮੈਂ ਇੱਕ ਵਾਰੀ ਦੇਖ ਕੇ ਆਇਓ ਬਈ ਸਿੰਘੋ ਬੜੀ ਬੜੀ ਦੂਰ ਤੱਕ ਜਾਣ ਦਾ ਮੌਕਾ ਮਿਲਿਆ ਧੰਨ ਸਾਨੂੰ ਸੱਜਣ ਪਹਿਲੀ ਕਮੇਟੀ ਸਨ ਜਾਂ ਹੁਣ ਦੀ ਕਮੇਟੀ ਚ ਜਿਹਨਾਂ ਨੇ ਬੈਠ ਕੇ ਨਕਸ਼ਾ ਲੀਕਿਆ ਹੋਵੇਗਾ ਪਰ ਖਾਲਸਾ ਜੀ ਸਿੰਘ ਅੱਜ ਵੀ ਵੇਖ ਕੇ ਆਏ ਤੇ ਅਸੀਂ ਵੀ ਗੁਰੂ ਕੀ ਸੰਗਤ ਕੱਢ ਗਏ ਸੀ ਪਰ ਵਾਕਿਆ ਗੁਰੂ ਕੀ ਸੰਗਤ ਉੱਥੇ ਪ੍ਰੋਗਰ ਬਣਾਇਆ ਸੀ ਆਨੰਦਪੁਰ ਸਾਹਿਬ ਅਜੂਬਾ ਬਣਾਉਣ ਦਾ ਮੈਂ ਤਾਂ ਇਹ ਗੱਲ ਕਹੂੰਗਾ ਕਿ ਤੁਹਾਡੇ ਯੂਰਪ ਕੰਟਰੀਆਂ ਦੇ ਵਿੱਚ ਸਾਊਥ ਹਾਲ ਲੰਡਨ ਦੇ ਵਿੱਚ ਇਹ ਗੁਰੂ ਘਰ ਸਿੱਖਾਂ ਦਾ ਬਹੁਤ ਵੱਡਾ ਅਜੂਬਾ ਹੋਵੇਗਾ
ਕੋਈ ਸ਼ੱਕ ਨਹੀਂ ਇਹਦੇ ਵਿੱਚ ਚਾਰ ਗੁਰੂ ਕੀ ਸੰਗਤ ਤੇ ਸਾਰੀਆਂ ਸੰਗਤਾਂ ਦੇ ਚਰਨਾਂ ਚ ਬੇਨਤੀ ਹੈ। ਕੰਸ ਕਟੜੀ ਸਾਹਿਬ ਵੀ ਕਹਿ ਰਹੇ ਸੀਗੇ ਕਿ ਇਹਦਾ ਕਰਜ਼ਾ ਕਿੱਦਾਂ ਲਊਗਾ, ਉਹ ਜਿਹਨੇ ਏਡਾ ਵੱਡਾ ਕੰਮ ਬਣਾਤਾ ਕਰਜ਼ਾ ਵੀ ਜਾਂਦਾ ਨੀ ਲੱਭਣਾ। ਆਪਾਂ ਨਾ ਅੱਗੇ ਬਣਾਇਆ, ਨਾ ਆਪਾਂ ਬਣਾਉਣ ਵਾਲਿਆਂ ਨਾ ਵਿੱਚ, ਨਾ ਆਪਾਂ ਕਰਜ਼ਾ ਲਾਉਣ ਵਾਲਿਆਂ ਚ, ਆਪਾਂ ਤਾਂ ਭਾਈ ਉਹ ਡਬਰੂ ਜਾ ਵਜਾਉਣ ਵਾਲਿਆਂ ਚ ਮਸ਼ਹੂਰੀ ਕੰਪਨੀ ਦੀ ਆਪਾਂ ਦਾ ਰੌਲਾ ਪਾਉਣ ਵਾਲਿਆਂ, ਆਪਾਂ ਦਾ ਰੌਲਾ ਪਾਉਣ ਵਾਲਿਆਂ ਦਾ ਕੋਈ ਨਿਆਣਾ ਛੋਟਾ ਕਹਿੰਦਾ ਚੱਲ ਗਈ ਚੱਲ ਗਈ ਚੱਲ ਗਈ ਚੱਲ ਗਈ। ਹੁਣ ਸਾਰੇ ਘਰ ਨੂੰ ਭੱਜਗੇ ਵੀ ਖਰੇ, ਕੀ ਚੱਲ ਗਈ ਕੋਈ ਸਮਝਦਾ ਖਰੇ, ਬਾਜ਼ਾਰ ਚ ਗੋਲੀ ਚੱਲ ਗਈ, ਲੋਕ ਘਰਾਂ ਨੂੰ ਦੌੜਨ ਲੱਗ ਪਏ ਕਹਿੰਦੇ ਚੱਲ ਗਈ ਚੱਲ ਗਈ ਚੱਲ ਗਈ। ਹੁਣ ਪੁੱਛਿਆ ਕਾਕਾ ਕੀ ਗੱਲ ਹੋ ਗਈ, ਕਹਿੰਦੇ ਚੱਲ ਗਈ ਚੱਲ ਗਈ ਚੱਲ ਗਈ, ਕਹਿੰਦੇ ਕੀ ਹੋ ਗਿਆ, ਚੱਲ ਗਈ ਚੱਲ ਗਿਆ ਬਸ ਚੱਲ ਗਈ ਚੱਲ ਗਈ ਚੱਲ ਗਈ ਦੌੜਿਆ। ਲੋਕਾਂ ਸੋਚਿਆ ਸ਼ਾਇਦ ਕਰਫਿਊ ਲੱਗ ਗਿਆ, ਲੋਕ ਘਰਾਂ ਨੂੰ ਲੱਗ ਗਏ ਦੌੜਨ, ਕਹਿੰਦੇ ਖਰੇ ਗੋਲੀ ਚੱਲ ਗਈ, ਕਹਿੰਦੇ ਚੱਲ ਗਈ ਚੱਲ ਗਈ ਚੱਲ ਗਈ। ਉਹਨੂੰ ਪੁੱਛਿਆ ਹੋਇਆ ਵਾ ਕੱਖ ਨੀ ਚੱਲ ਗਈ, ਕਹਿੰਦਾ ਮੈਂ ਤਾਂ ਰੌਲਾ ਪਾਇਆ ਵੀ ਮੇਰੀ ਕੋਟੀ ਕਵਾਲੀ ਚੱਲ ਗਈ। ਹਾਂਜੀ ਕਹੋ ਮੈਂ ਤਾਂ ਇਸ ਕਰਕੇ ਰੌਲਾ ਪਾਇਆ, ਕਹਿੰਦਾ ਖੋਟੀ ਜਵਾਨੀ ਚੱਲ ਗਈ ਚੱਲ ਗਈ ਚੱਲ ਗਈ ਚੱਲ ਗਈ ਚੱਲ ਗਈ। ਭਾਈ ਸਾਹਿਬ ਜੀ ਗੁਰੂ ਦੀ ਕਿਰਪਾ ਨਾਲ ਪਤਾ ਰੌਲਾ ਪਾਉਣ ਵਾਲਿਆਂ ਦੀ ਗੱਲ ਬਣ ਗਈ ਬਣ ਗਈ ਬਣ ਗਈ। ਬਸ ਖਾਲਸਾ ਜੀ ਖਾਲ ਗੁਰੂ ਕਰੇ ਕਿਰਪਾ ਤੇ ਸਾਰਿਆਂ ਦੇ ਸਿਰ ਤੇ ਨਿਰਭਰ ਹੱਥ ਰੱਖੇ। ਮੇਰੇ ਵੀਰ ਬੈਠੇ ਨੇ ਅਰ ਰਾਗੀ ਸਿੰਘ, ਕੀਰਤਨੀ ਸਿੰਘ, ਪਾਠੀ ਸਿੰਘ, ਮੈਂ ਕਿਸੇ ਦੀ ਗੱਲ ਤੇ ਨਹੀਂ ਕਹਿੰਦਾ, ਮੈਂ ਦਿਲੋਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਹਿੰਦਾ ਮੇਰਾ ਕੋਈ ਗੁਰੂ ਕਾ ਨਾਲ, ਵੈਸੇ ਤਾਂ ਕੋਈ ਅੰਮ੍ਰਿਤਧਾਰੀ ਸਿੱਖ ਨਾ, ਜਿੱਥੋਂ ਵੀ ਤੂੰ ਬੀਬੀ ਜਾ ਰਹੀ ਹੈ, ਤੂੰ ਸਿੱਖ ਜਾ ਰਿਹਾ, ਕੋਈ ਗੁਰੂ ਕਾ ਨਾਲ ਜਾ ਰਿਹਾ ਨਾ, ਮੇਰਾ ਸਿਰ ਜ਼ਰੂਰ ਝੁਕ ਜਾਂਦਾ ਵੀ ਕੜਗੀਆਂ ਵਾਲਿਆਂ ਸਾਡਾ ਵੀ ਕੋਈ ਦੁਨੀਆਂ ਤੇ ਹੈ, ਸਾਡਾ ਵੀ ਕੋਈ ਦੁਨੀਆਂ ਤੇ ਹੈ। ਰਾਗੀ ਸਿੰਘ, ਪਾਠੀ ਸਿੰਘ, ਗੁਰੂ ਕੇ ਕੀਰਤਨੀ ਸਿੰਘ, ਇਹਨਾਂ ਦੇ ਵਾਸਤੇ ਤੇ ਮੇਰੇ ਕੋਲ ਕੋਈ ਸ਼ਬਦ ਹੀ ਨਹੀਂ। ਅਸਰ ਤੇ ਵੇਖਣ ਕਈ ਆਉਂਦੇ ਨੇ ਰਾਗੀ ਇੰਜ ਫਲਾਣਾ ਇੰਜ ਫਲਾਣਾ ਇੰਜ, ਉਹ ਮਾਫ਼ ਕਰਨਾ ਜਿਹੜਾ ਹੁੰਦਾ ਮਾਫ਼ ਕਰਨਾ ਗੁਰੂ ਕੀ ਸੰਗਤ ਨਹੀਂ ਗੁਰਮੁਖੋ। ਉਹ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ, ਹੁਣ ਨਾ ਤੇ ਮੈਂ ਨਹੀਂ ਲਊਂਗਾ। ਉਹ ਮੈਂ ਉਹਨੂੰ ਕਿਹਾ ਭਰਾਵਾ ਕਿੱਥੇ ਭੁੱਟੇਗਾ ਜਾ ਕੇ, ਕਹੋ ਵਾਹਿਗੁਰੂ। ਉਹ ਗੁਰੂ ਘਰ ਦਾ ਵਜ਼ੀਰ ਸੀ, ਪਾਠੀ ਸਿੰਘ ਸੀ, ਅੰਮ੍ਰਿਤ ਵੇਲੇ ਮਹਾਰਾਜ ਦਾ ਪ੍ਰਕਾਸ਼ ਕਰਿਆ ਕਰੇ ਤੇ ਸਾਰਾ ਦਿਨ ਗਪਾਂ ਯਾਦ ਆ ਗਈ ਦੌਰ ਦੀ, ਮੱਧ ਪ੍ਰਦੇਸ਼ ਤੇ ਸਾਰਾ ਦਿਨ ਗ੍ਰੰਥੀ ਸਿੰਘ ਨਾ, ਉਹ ਚੰਗਾ ਵੱਡਾ ਟਰਾਂਸਪੋਰਟ ਸੀ, ਉਹਦੀਆਂ ਗੱਡੀਆਂ ਦੇ ਟਾਇਰਾਂ ਨੇ ਪੈਂਚਰ ਮਾਰਨਾ ਪਿਆ ਕਰ। ਉਹ ਮੈਂ ਕਿਹਾ ਇਹ ਕੋਈ ਨੌਕਰ ਨਹੀਂ ਹੈਗਾ, ਇਹ ਕੋਈ ਨੌਕਰ ਨਹੀਂ ਹੈਗਾ ਤੇਰਾ, ਇਹ ਤਾਂ ਗੁਰੂ ਨਾਨਕ ਦੇ ਘਰ ਦਾ ਵਜ਼ੀਰ ਹੈ, ਗੁਰੂ ਗ੍ਰੰਥ ਸਾਹਿਬ ਦਾ ਵਜ਼ੀਰ ਹੈ। ਭਗਤ ਵਾਲਿਓ ਸਤਿਗੁਰ ਕਿਰਪਾ ਕਰਨ ਤੇ ਇਹਨਾਂ ਪਾਠੀਆਂ ਸਿੰਘਾਂ ਦਾ, ਰਾਗੀਆਂ ਸਿੰਘਾਂ ਦਾ, ਕੀਰਤਨੀਆਂ ਸਿੰਘਾਂ ਦਾ ਵੱਧ ਤੋਂ ਵੱਧ ਸਤਿਕਾਰ ਹੋਵੇ। ਆਪਾਂ ਕਈ ਵਾਰੀ ਕਹਿ ਦਿੰਦੇ ਜੀ ਬੰਦੇ 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 ਢੇਡੀ ਫੜ ਲੈਂਦੇ ਆ ਤੇ ਇਹਨਾਂ ਨੂੰ ਬੜੀ ਆਮਦਨਾ, ਕਿੰਨੇ ਕੰਮ ਕਰਦੇ ਆ, ਕਹਿੰਦੇ ਵਾਹਿਗੁਰੂ, ਕਿਧਰੇ ਫੈਕਟਰੀਆਂ, ਕਿਧਰੇ ਨੌਕਰੀਆਂ, ਕਿਧਰੇ ਪਤਾ ਕੀ ਕੁਝ ਕਰਦੇ ਆ, ਪਰ ਗੁਰੂ ਘਰ ਦੇ ਵਜ਼ੀਰ ਤਾਂ ਖਾਲਸਾ ਜੀ ਸਭ ਕੋਈ ਆਸੇ ਤੇਰੀ ਬੈਠਾ, ਤੂੰ ਕਿਸੇ ਨਾ ਦੱਸੇ ਬਾਰਾਜੀ। Yeah.
ਵਜ਼ੀਰ ਨੇ ਸਾਡਾ ਫਰਜ਼ ਬਣਦਾ ਇਹਨਾਂ ਦਾ ਸਤਿਕਾਰ ਕਰਨਾ, ਪਤਾ ਲੱਗੇ। ਬਸ ਤਾਂ ਕਈ ਵਾਰੀ ਪੰਜਾਬ ਦੇ ਸੰਤਾਂ ਨੂੰ ਵੀ ਕਹਿੰਦਾ ਹੁੰਦਾ, ਮਾਫ਼ ਕਰਨਾ ਗੁਰੂ ਕੀ ਸੰਗਤ, ਇੱਕ ਵਾਰੀ ਅਸੀਂ ਹਰਦਾਰੂਆਰ ਨੂੰ ਗਏ ਤੇ ਕੁੰਭ ਦਾ ਮੇਲਾ, ਹਿੰਦੂ ਮਤ ਦੇ ਮਹਾਤਮਾ ਖਾਲਸਾ ਦੀ ਪੋਹ ਦਾ ਮਹੀਨਾ ਸੀ, ਸਾਡੇ ਸਿੰਘ ਸਾਡੇ ਨਾਲ ਸੀ, ਕਰਗੀਧਰ ਪਾਤਸ਼ਾਹ ਦੀ ਕਿਰਪਾ ਨਾਲ ਪੰਜ ਚਾਰ ਗੱਡੀਆਂ ਤਾਂ ਹਰ ਸਮੇਂ ਨਾਲ ਹੁੰਦੀਆਂ ਨੇ, ਉਹ ਨੰਗੇ ਪੈਰੀ ਜਾਣ, ਨੰਗੇ ਪੈਰੀ ਤੁਰ ਜਾਣ ਤੇ ਖਾਲਸਾ ਜੀ ਸਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਗਏ। ਮੈਂ ਕਿਹਾ ਸਿੰਘ ਵੇਖਣਾ ਤੇ ਕਲਗੀ ਧਾਰਦੀ, ਕਲਗੀ ਦੇ ਵਿੱਚ ਹੀਰਾ ਸੀ ਨਾ, ਹੀਰਾ ਜੇ ਸੱਤ ਵਾਰੀ ਹਿੰਦੁਸਤਾਨ ਨੂੰ ਜੇ ਉਦੋਂ ਵੇਚ ਦਿੱਤਾ ਜਾਂਦਾ ਨਾ, ਇਹ ਹੀਰਾ ਆਉਂਦਾ ਸੀ, ਇਹ ਹੀਰਾ ਤੇ ਉਦੋਂ ਫਿਰ ਕਲਗੀ ਤੇ ਪਾਤਸ਼ਾਹ ਯਾਦ ਆਇਆ। ਮੈਂ ਕਿਹਾ ਵਾਹ ਬਾਜਾਂ ਵਾਲਿਆ, ਆਹ ਦੇਖ ਦੂਜੇ ਮਤਾਂ ਦੇ ਬੰਦੇ, ਜਾਂ ਤੇਰੀ ਕਿੱਡੀ ਕਿਰਪਾ, ਕਹੋ ਨਾਨਕ ਸਭ ਤੇਰੀ ਪਰਿਆਈ, ਕੋਈ ਨਾਮ ਨਾ ਚੱਲੇ। ਮੇਰਾ ਕਦੇ ਗੁਰੂ ਦਾ ਬਣ ਕੇ ਵੇਖ, ਕਹਿੰਦੇ ਕਦੇ ਗੁਰੂ ਦਾ ਤਾਂ ਬਣ ਕੇ ਵੇਖ, ਕਹਿ ਦਿੰਦੇ ਨੇ ਲੋਕੀ ਕਿ ਸੰਤ ਕੀ ਕਰਦੇ ਨੇ, ਸੰਤ ਕੀ ਕਰਦੇ ਨੇ, ਕਹਿ ਦਿੰਦੇ ਨੇ ਉਹ ਭਾਗਾਂ ਵਾਲੇ, ਉਹ ਕਹਿ ਦਿਓ ਵਾਹਿਗੁਰੂ। ਉਹ ਜੇ ਕਾਰ ਸੇਵਾ ਵਾਲੇ ਮਹਾਂਪੁਰਖ ਆਉਂਦੇ ਨੇ ਤੇ ਪੰਜਾਬ ਦੇ ਵਿੱਚ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਖਾਲਸਾ ਦੀ ਸ਼ਾਨ ਜੋ ਆਪਾਂ ਨੂੰ ਗੁਰੂ ਘਰ ਦੇਖਣ ਨੂੰ ਮਿਲਦੇ ਨੇ ਅੱਜ, ਸ਼ਾਇਦ ਗੁਰੂ ਘਰ ਦੇ ਇਹੋ ਜਿਹੇ ਵੇਖਣ ਨੂੰ ਨਾ ਮਿਲਦੇ। ਜੇ ਸਾਧ ਸੰਗਤ ਜੀ ਵੱਡੇ ਵੱਡੇ ਲੰਗਰ ਮਾਰ ਤੇ ਮਹਾਂਪੁਰਖਾਂ ਨੇ, ਸੰਤ ਬਾਬਾ ਜਰਨੈਲ ਸਿੰਘ ਦਾ ਜੀਵਨ ਪੜ੍ਹ ਕੇ ਵੇਖੋ, ਜਿਨ੍ਹਾਂ ਨੇ ਇੱਕ ਦਿਨ ਚ 10,000 ਬਦਨਾਮ ਛਕਾਇਆ, ਸੰਤ ਬਾਬਾ ਕਰਤਾਰ ਸਿੰਘ ਦਾ ਜੀਵਨ ਪੜ੍ਹ ਕੇ ਵੇਖੀਏ, ਖੈਰ ਹੋਈਆਂ ਭੁੱਲਾਂ ਦੀ ਮਾਫ਼ੀ, ਇਹਨਾਂ ਸ਼ਬਦ ਪ੍ਰਵਾਨ ਤੇ ਗੁਰੂ ਕੀ ਸੰਗਤ ਮੈਂ ਕਮੇਟੀ ਨੂੰ ਵੀ ਮੁੱਕਦੀ ਗੱਲ ਕੀ ਮੇਰੇ ਵਾਸਤੇ, ਪਰ ਸਾਰੀ ਸੰਗਤ ਹੀ ਜਿਹੜੀ ਉਹ ਸਾਰੇ ਤੁਸੀਂ ਪ੍ਰਧਾਨ, ਸਾਰੇ ਸੈਕਟਰੀ ਤੇ ਸਾਰੇ ਗੁਰੂ ਘਰ ਦੇ ਸੇਵਾਦਾਰ, ਪਰ ਫਿਰ ਵੀ ਮੈਂ ਇੱਕ ਵਾਰੀ ਕਮੇਟੀ ਨੂੰ ਵੀ ਤੇ ਸਾਰਿਆਂ ਨੂੰ ਇੱਕੋ ਵਾਰੀ ਇੱਕੋ ਬੇਨਤੀ ਕਰ ਦੇਣਾ ਕਿ ਜਦ ਤੱਕ ਤੁਸੀਂ ਠੀਕ ਕਰਦੇ ਰਹੋਗੇ ਇਸੇ ਤਰ੍ਹਾਂ ਹੀ ਗੁਰੂ ਘਰ ਦੀ ਸੇਵਾ। ਮੈਂ ਤੁਹਾਡੇ ਦਾਸ ਤੁਹਾਡੇ ਨਾਲ ਹੈ, ਗੁਰੂ ਕੀ ਸੰਗਤ ਬੜੀ ਕਿਰਪਾ, ਬੜੀ ਮਿਹਨਤ ਕਰਕੇ ਪ੍ਰਧਾਨ ਹੋਰ ਸੇਵਾਦਾਰ ਜਿਹੜੇ ਸੇਵਾ ਕਰ ਰਹੇ ਨੇ ਤੇ ਮਹਾਰਾਜ ਕਿਰਪਾ ਕਰਨ ਤੇ ਇਹਨੇ ਇੱਕ ਸ਼ਬਦ ਪ੍ਰਵਾਨ, ਉਹਨਾਂ ਭੁੱਲਾਂ ਦੀ ਮਾਫ਼ੀ ਖਾਲਸਾ ਜੀ। ਤੇ ਹੁਣ ਨਰਸਾ ਦਾ ਪਾਠ ਹੋਵੇਗਾ, ਉਦੋਂ ਬਾਅਦ ਅਰਦਾਸ ਹੋਵੇਗੀ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਨਜ਼ਰ 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 ਨਜ਼ਰ
ਸਾਹਿਬ
ਗੁਰੂ ਕੀ ਸੰਗਤ ਸਾਰੀ ਸੰਗਤ ਮੈਂ ਤੁਹਾਡਾ ਸਾਰਾ ਸਾਰੀ ਹੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਪਰ ਜਦੋਂ ਮੈਨੂੰ ਕਿਤੇ ਸਾਧ ਸੰਗਤ ਦਾ ਸਤਿਕਾਰ ਕਰਨ ਦਾ ਸਵਾਲ ਆਉਂਦਾ ਨਾ ਤੇ ਖਾਲਸਾ ਜੀ ਮੇਰੀ ਦਿਲ ਦੀ ਡਿਕਸ਼ਨਰੀ ਦੇ ਅੱਖਰ ਖਤਮ ਹੋ ਜਾਂਦੇ। ਔਰ ਪੈਸਾ ਤੇ ਗੱਲ ਹੀ ਕੋਈ ਨਹੀਂ, ਕਰਜ਼ਾ ਕੁਰਜ਼ਾ ਤਾਂ ਕੀ ਹੈ, ਖਾਲਸਾ ਜੀ ਜਾਂਦਾ ਨਹੀਂ ਲੱਭਣਾ। ਪਰ ਬੜੀ ਮਿਹਨਤ ਕਾਰਨ ਹੈ ਸਾਰੇ ਸੱਜਣ, ਸਾਰਿਆਂ ਨੇ ਬੜੀ ਮਿਹਨਤ ਕੀਤੀ ਹੈ। ਤੁਹਾਡਾ ਇੱਕ ਇੱਕ ਪੈਸਾ, ਇੱਕ ਇੱਕ ਨਵਾਂ ਪੈਸਾ ਗੁਰੂ ਘਰ ਤੇ ਚਮਕ ਰਿਹਾ। ਔਰ ਜਿਸ ਦਿਨ ਗੁਰੂ ਘਰ ਦਾ ਉਦਘਾਟਨ ਕੀਤਾ ਜਾਵੇਗਾ, ਮੇਰੇ ਖਿਆਲ ਹੈ ਕਿ ਉਸ ਦਿਨ ਆਪਾਂ ਕੋਸ਼ਿਸ਼ ਕਰਨੀ ਹੈ ਕਿ ਸ਼ਾਇਦ ਜ਼ਿਆਦਾ ਹੀ ਹੋ ਜਾਏ, ਇੰਨੀ ਕੁ ਮਾਇਆ ਜਦੋਂ ਇਕੱਠੀ ਕਰਨੀ ਕਿ 200 ਦੇ ਨਿਸ਼ਾਨ ਸਾਹਿਬ ਚੜ੍ਹ ਜਾਣ। ਪੈਸੇ ਪੂਸੇ ਕੀ ਨੇ, ਖਾਲਸਾ ਜੀ ਸੱਚ ਕਰਕੇ ਜਾਣਿਓ, ਕਹਿਣ ਵਾਲੀ ਗੱਲਾਂ ਨਹੀਂ। ਪਰ ਮੈਂ ਕਹਿਣ ਤੋਂ ਸੰਕੋਚ ਨਹੀਂ ਕਰਦਾ, ਸਾਨੂੰ ਕੈਨੇਡਾ ਜਾਣ ਦਾ ਮੌਕਾ ਮਿਲਿਆ। ਕਈ ਵਾਰੀ ਜਾਂਦੇ ਰਹੇ ਉੱਥੇ, ਪਹਿਲਾਂ ਸੰਗਤਾਂ ਟਿਕਟਾਂ ਭੇਜ ਦਿੰਦੇ ਸੀ, ਉਹ ਲੜਨ ਲੱਗ ਕੇ ਵੀ ਅਸੀਂ ਆਪਣੇ ਗੁਰੂ ਘਰ ਇੰਨੇ ਮਤਲਬ ਕੀਰਤਨ ਕਰਾਉਣੇ ਨੇ ਤੇ ਇੰਨੇ। ਮੈਂ ਦੋਵੇਂ ਹੱਥ ਜੋੜ ਕੇ ਮੈਂ ਕਿਹਾ ਭਾਈ ਅੱਜ ਤੋਂ ਬਾਅਦ ਸਾਡੀਆਂ ਟਿਕਟਾਂ ਕਿਸੇ ਵੀ ਗੁਰੂ ਘਰੋਂ ਇੰਡੀਆ ਨਹੀਂ ਆਉਣੀਆਂ ਚਾਹੀਦੀਆਂ, ਔਰ ਸਾਡੀਆਂ ਟਿਕਟਾਂ ਕੋਈ ਸ਼ਰਧਾਲੂ ਭੇਜਣ ਦੀ ਕੋਸ਼ਿਸ਼ ਨਾ ਕਰੇ। ਪਲੀਜ਼ 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 ਵੇਅਰ ਦਾ ਕੁਸ਼ਚਨ ਆਫ ਮਨੀ, ਜਿੱਥੇ ਪੈਸੇ ਦਾ ਸਵਾਲ ਹੋਵੇ ਤੇ ਗੁਰੂ ਨਾਨਕ ਦਾ ਹੋਵੇ, ਸਿੱਖ ਤੈਨੂੰ ਘਾਟਾ ਪੈ ਦੇਖੋ। ਮੈਂ ਕਿਹਾ ਵੀ ਸਾਡੇ ਵਾਸਤੇ ਖੇਚਲ ਨਾ ਕਰਿਓ, ਪਰ ਭਾਗਾਂ ਵਾਲਿਓ, ਗੁਰੂ ਘਰ ਦੇ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂ ਆਉਂਦੀ। ਤੇ ਕਈ ਵਾਰੀ ਇਹੋ ਕਿਹੋ ਜਿਹੇ ਕੰਮ ਦੇਖਦੇ ਹਾਂ ਨਾ, ਸਾਡੇ ਤਾਂ ਖਰਾ ਕੰਮ ਕੀ ਨੇ, ਅਸੀਂ ਤਾਂ ਆਪਣੀ ਸਾਰੀ ਜ਼ਿੰਦਗੀ ਗੁਰੂ ਸਾਹਿਬ ਦੇ ਚਰਨਾਂ 'ਚ ਲਾ ਰਹੇ ਹਾਂ, ਅਸੀਂ ਤਾਂ ਐਂ ਦੇਖਦੇ ਹਾਂ ਜਿਵੇਂ ਧੰਨਾ ਵੇਖਦਾ ਸੀ, ਤਾਂ ਆ ਵੀ ਹੋ ਗਿਆ, ਆ ਵੀ ਹੋ ਗਿਆ, ਆ ਵੀ ਹੋ ਗਿਆ। ਆ ਗੁਰੂ ਘਰ ਨੂੰ ਵੇਖ ਕੇ ਮੇਰੇ ਕੋਲ ਤਾਂ ਕੋਈ ਸ਼ਬਦ ਨਹੀਂ। ਸਿੰਘ ਵੀ ਅੱਜ ਗਏ ਸਨ ਜੱਥੇ ਵਾਲੇ, ਇਹਨਾਂ ਵੀ ਕਿਹਾ ਬਾਬਾ ਜੀ ਵਾਕਿਆ ਦੁਨੀਆਂ 'ਤੇ ਸ਼ਾਇਦ ਇਹੋ ਜਿਹਾ ਗੁਰੂ ਘਰ ਬਣਾਉਣ ਲੱਗਿਆ। ਬੜੀ ਗੰਦੀ ਸੋਚ ਸੀ, ਮੈਨੂੰ ਤਾਂ ਇੰਝ ਲੱਗਦਾ ਵੀ ਜਿਹੜੇ ਆਰਕੀਟੈਕਟਾਂ ਨੇ ਨਾ ਨਕਸ਼ੇ ਬਣਾਏ ਨੇ ਉੱਥੇ, ਜਿਹੜੀ ਜਿੰਨੀ ਹੁਣ ਵੀ ਜਦੋਂ ਕੰਮ ਕਰੀ ਨਾ, ਦਾਸ ਨੇ ਵੇਖਿਆ ਜਿੰਨੇ ਵੀ ਉੱਥੇ ਸਾਧ ਸੰਗਤ ਕੰਮ ਕਰ ਰਹੇ ਵਰਕਰ, ਉਹ ਐਂ ਲੱਗਦਾ ਵੀ ਜਿਵੇਂ ਉਹਨਾਂ ਦੇ ਵਿੱਚ ਵਿਚਰ ਕੇ ਗੁਰੂ ਨਾਨਕ ਸਾਹਿਬ ਆ ਕੰਮ ਕਰ ਰਹੇ। ਜੋ ਦਾਸ ਨੇ ਨੋਟ ਕੀਤਾ, ਖਾਲਸਾ ਜੀ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ, ਤੇ ਸਰਕਾਰ ਮਸਕਰਾਂ ਨੂੰ ਇਹ ਵੀ ਜ਼ਰੂਰ ਕਹਿੰਦਾ ਵੀ ਪ੍ਰਧਾਨ ਜੀ ਦੀ ਹਿੰਮਤ ਸਿੱਖ ਗੁਰੂ ਦਾ ਉਂਝ ਨਹੀਂ ਛੱਡਦਾ। ਤੇ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ, ਇੱਕ ਜ਼ਰੂਰ ਕਰੂੰਗਾ। ਕਾਰਵਾਂ ਤੇ ਪਾਂਡਵਾਂ ਨੇ ਆਖਿਆ ਸੀ, ਧਰਮ ਵਿੱਚ ਰਜਿਸਟਰ ਕਹਿੰਦਾ ਹੁੰਦਾ ਸੀ ਕਿ ਜਦੋਂ ਨਾ ਸਾਡੇ ਨਾਲ ਬਾਹਰ ਦਾ ਬੰਦਾ ਲੜਦਾ, ਕਹਿ ਦਿਓ ਵੈਗਨ, ਉਦੋਂ ਅਸੀਂ ਕਾਰਵ ਤੇ ਪਾਂਡਵ 106 ਹਾਂ, ਕਹਿ ਦਿਓ ਵੈਗਨ, 101 ਕਾਰਵ ਨੇ ਤੇ ਪੰਜ ਅਸੀਂ, ਅਸੀਂ 106 ਹਾਂ। ਤੇ ਜਦੋਂ ਅਸੀਂ ਆਪਸ 'ਚ ਲੜਦੇ ਹਾਂ ਤੇ ਕਾਰਵ 101 ਨੇ ਤੇ ਅਸੀਂ 5, ਜਦੋਂ ਤੁਸੀਂ ਆਪਸ 'ਚ ਲੜਦੇ ਹੋ ਤੇ ਬੇਸ਼ੱਕ ਵੱਖੋ ਵੱਖ ਹੋ ਜਾ ਕਰੋ। ਜਦੋਂ ਗੁਰਦੁਆਰੇ ਦਾ ਸਵਾਲ ਹੋਵੇ ਨਾ, ਤੁਸੀਂ ਸਾਰੇ ਆਖਿਆ ਕਰੋ ਕਿ ਅਸੀਂ 106 ਜੀ। ਇਸ ਤਰੀਕੇ ਦੇ ਨਾਲ ਗੁਰੂ ਘਰ ਦਾ
ਰਹਿੰਦਾ ਕੰਮ ਹੈ ਜਿਹੜਾ ਬਾਕੀ ਉਹ ਵੀ ਹੋ ਜਾਣਾ। ਸੈਕਟਰੀ ਸਾਹਿਬ ਮੈਂ ਤੁਹਾਨੂੰ ਵਾਅਦੇ ਨਾਲ ਕਹਿੰਦਾ, ਪੈਸਾ ਤੇ ਗੱਲ ਹੀ ਕੁਝ ਨੀ, ਜੇ ਆਖੋ ਤਾਂ ਤੁਹਾਨੂੰ ਇੰਡੀਆ ਦੇ ਨਾ ਇੰਡੀਅਨ ਕਰੰਸੀ ਪੌਂਡਾਂ ਚ ਬਦਲ ਕੇ ਕਰਗੀ ਕਰਦਾ ਕੁੱਤਾ ਦੇ ਸਕਦਾ ਜੀ। ਇਹਦੀ ਤਾਂ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੈ, ਇਹਦੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਿਹਰ ਹੈ। ਉੜੀਸਾ ਸੀ, ਗੁਜਰਾਤ ਸੀ, ਜਾਂ ਬਾਰਡਰ ਤੇ ਚਿੱਟੀ ਸਿੰਘ ਵਾਲਾ, ਜਾਂ ਲੋਹੀਆਂ ਜਿੱਥੇ ਗਰੀਬਾਂ ਦੀਆਂ ਮੱਝਾਂ ਸੜ ਕੇ ਮਰ ਗਈਆਂ, ਅੱਗ ਦੇ ਵਿੱਚ ਮਹਾਂਪੁਰਖ ਕਹਿੰਦੇ ਹੁੰਦੇ ਸਨ ਕਿ ਸੰਤ ਮੰਗਣ ਗਿਆ ਮਰ ਕਿਉਂ ਨਹੀਂ ਜਾਂਦਾ। ਭਾਵੇਂ ਕੰਮ ਪੈਸਾ ਕਿਰਪਾ ਦਾ ਕੰਮ ਕਿਰਪਾ ਨੇ ਕਰਨਾ, ਪਰ ਪੈਸੇ ਦਾ ਕੰਮ ਪੈਸੇ ਨੇ ਕਰਨਾ। ਪਰ ਖਾਲਸਾ ਜੀ ਇੱਥੇ ਤਾਂ ਜਿਹੜਾ ਗੁਲਾਬ ਦੇ ਰਾਹ ਤੇ ਚੱਲਦਾ ਨਾ, ਉਹਦੀ ਤਾਂ ਮਦਾਰੀ ਵਾਲੀ ਖੇਡ ਬਣ ਜਾਂਦੀ। ਡੇਢ ਫੁੱਟ ਦਾ ਡੰਡਾ ਹੁੰਦਾ, ਥੋੜੀ ਜਿਹੀ ਚੱਕ ਤਾਂ ਮਿੱਟੀ ਮਾਰ ਤਾਂ ਕਹਿੰਦਾ ਮਾਰ ਵੀ ਭੋਗ ਚੁੱਲੂ ਮੁਰਲੂ ਟਿੱਚਕ, ਜੋ ਮਰਜ਼ੀ ਕੱਢ ਕੇ ਦਿਖਾ ਦਿੰਦਾ। ਕਦੀ ਚੱਲ ਕੇ ਵੇਖੋ ਗੁਰੂ ਦੇ ਰਾਹ ਤੇ ਚੱਲ ਕੇ, ਕਦੀ ਚੜ੍ਹਗੀ ਧਰ ਦੇ ਰਾਹ ਤੇ ਚੱਲ ਕੇ ਵੇਖੋ। ਵਾਹਿਗੁਰੂ ਕਹੋ, ਵਾਹਿਗੁਰੂ ਭਾਗਾਂ ਵਾਲਿਓ, ਕਦੀ ਚੱਲ ਕੇ ਵੇਖੋ ਚੱਲ ਕੇ। ਤੇ ਮੇਰੀ ਇਹ ਕੋਸ਼ਿਸ਼ ਹੈ ਗੁਰੂ ਦੀ ਕਿਰਪਾ, ਮੇਰੀ ਕੋਸ਼ਿਸ਼ ਕੀ ਹੈ, ਦਾਸ ਨੇ ਤਾਂ ਰੌਲਾ ਹੀ ਪਾਉਣਾ, ਭਾਈ ਲਿਆਓ ਏ 9 ਤਰੀਕ ਨੂੰ ਇੱਥੇ ਨਾ ਢੇਰ ਲੱਗਣਾ ਚਾਹੀਦਾ ਇੱਥੇ ਪੌਂਡਾਂ ਦਾ, ਕਿਉਂਕਿ ਉਹ ਗੱਡੀ 'ਚ ਪੈਟਰੋਲ ਗਈ ਰਹੀ ਘੱਟ ਹੋਵੇ ਨਾ, ਬੰਦਾ ਬਾਹਰ ਵੇਖਦਾ ਵੀ ਟੈਂਕੀ ਦੂਰ ਜਾਣਾ, ਟੈਂਕੀ ਅੱਗ ਚਾਲ ਜਾਂਦਾ, ਅਤੇ ਜੇ ਟੈਂਕੀ ਹੋਵੇ ਫੁੱਲ ਤੇ ਫਿਰ ਬੰਦੇ ਨੂੰ ਹੌਸਲਾ ਰਹਿੰਦਾ। ਤੇ ਨਾਲੇ ਸਾਡੇ ਸੈਕਟਰੀ ਸਾਹਿਬ ਬੜੇ ਖੁਸ਼ ਹੁੰਦੇ ਨੇ ਵੀ ਢੇਰ ਲੱਗਾ ਹੋਵੇ ਪਾਪਾ। ਤੇ ਇਹਨਾਂ ਨੂੰ ਮੈਂ ਕਿਹਾ ਤੁਸੀਂ ਘਬਰਾਓ ਨਾ, ਘਬਰਾਓ ਨਾ, ਕੋਈ ਚਾਰ ਪਾਲਿਆ ਤੁਹਾਨੂੰ ਮੈਂ ਕਹਿ ਦਿਓ ਵਾਹਿਗੁਰੂ, ਇੱਕ ਵਾਰੀ ਫਿਰ ਕਹਿ ਦਿਓ ਵਾਹਿਗੁਰੂ। ਉਹ ਕਿਸੇ ਬਾਣੀ ਦਾ ਇੱਕ ਨਿਆਣਾ ਸੀਗਾ ਤੇ ਜੱਕਦਾ ਸੀ ਖਰਬੂਜਿਆਂ ਦਾ ਬਾਣਾ, ਬੱਚਾ ਹੁੰਦਾ ਪਿਆਰ ਦਾ, ਉਹ ਆਪ ਕਰਨ ਜਦੋਂ ਨਾ ਉਹ ਬਾਣੀ ਦੇ ਮੁੰਡੇ ਨੇ ਉਹ ਜੱਟ ਦੇ ਕੋਲ ਜਾਣਾ ਤੇ ਜੱਟ ਨੇ ਚੱਕਣਾ ਖਰਬੂਜਾ, ਖਰਬੂਜਾ ਨੂੰ ਤੋੜ ਕੇ ਦੇਣਾ। ਹੁਣ ਬੱਚਾ ਪਿਆਰ ਦਾ, ਕਰਦੇ ਕਰਦੇ ਬੱਚੇ ਦਾ ਨਾ ਜੱਟ ਦਾ ਇੰਨਾ ਮੋਹ ਪੈ ਗਿਆ, ਉਹ ਬਾਣੀ ਦੇ ਘਰ ਹੀ ਨਾ ਜਾਏ, ਉਹ ਮਾਫ ਕਰਨਾ ਕਹਿ ਦਿਓ ਵਾਹਿਗੁਰੂ। ਇਹ ਇੱਕ ਸਮਝਣ ਵਾਲੀ ਗੱਲ ਆ, ਉਹਦੇ ਘਰ ਹੀ ਨਾ ਜਾਏ। ਕਰਦੇ ਕਰਦੇ ਉਹ ਜੱਟ ਕਹਿਣ ਲੱਗਿਆ ਵੀ ਮੁੰਡਾ ਮੇਰਾ ਹੋ ਗਿਆ, ਮੇਰਾ ਮੁੰਡਾ ਤਾਂ ਬਾਣੀ ਇਹਦਾ ਸੀਗਾ, ਪਰ ਉਹ ਤੁਹਾਡਾ ਪਿਆਰ ਪਾ ਬੈਠਿਆ। ਉਹ ਖੈਰ ਸਾਸਨ ਕਰਦੇ ਕਰਦੇ ਕੇਸ ਨੇ ਥਾਣੇ ਦੀ ਗੱਲ ਕਰ, ਥਾਣੇ ਤੋਂ ਬਾਅਦ ਖਾਲਸਾ ਜੀ ਗੱਲ ਅਦਾਲਤ ਚ ਗਈ, ਥਾਣੇਦਾਰ ਨੇ ਚਲਾਨ ਕਰਤਾ ਵੀ ਮੇਰੇ ਨਾਲ ਦੀ ਕਰਨੀ, ਅਦਾਲਤ ਚ ਵੱਧ ਗਈ। ਉਹ ਕਹਿੰਦੇ ਨੇ ਕਿ ਬੱਚਾ ਵੀ ਉੱਥੇ ਪੇਸ਼ ਕੀਤਾ ਗਿਆ, ਜਦ ਬੱਚਾ ਪੇਸ਼ ਕਰੋ ਤੇ ਜੱਟ ਘੜੂ ਖਰਬੂਜਾ ਲੈ ਗਿਆ, ਜੱਟ ਘੜੂ ਲੈ ਗਿਆ ਖਰਬੂਜਾ। ਜਦੋਂ ਖਰਬੂਜਾ ਲੈ ਗਿਆ ਪਾਣੀ, ਕਹਿੰਦਾ ਨਿਆਣਾ ਮੇਰਾ, ਉਹ ਕਹਿੰਦਾ ਮੇਰਾ। ਉਹ ਜੱਟ ਨੂੰ ਪੁੱਛਦਾ, ਜੱਟ ਪੁੱਛਦਾ ਵੀ ਤੇਰਾ ਕਿੱਦਾਂ ਦੂੰਗਾ ਤੇਰਾ ਕਿੱਦਾਂ। ਉਹ ਕਹਿੰਦਾ ਵੀ ਤੂੰ ਇੰਜ ਕਰ, ਜੱਜ ਜੱਟ ਨੂੰ, ਜੱਟ ਜੱਜ ਨੂੰ ਕਹਿੰਦਾ ਵੀ ਇੰਜ ਕਰ, ਬਾਣੀਆਂ ਨੂੰ ਕਹਿ ਵੀ ਮੁੰਡੇ ਨੂੰ ਪਤਾ ਜਿਹਦੇ ਕੋਲ ਮੁੰਡਾ ਤੂੰ ਤੇ ਮੁੰਡਾ ਉਹਦਾ। ਉਹ ਖੈਰ ਗੁਰੂ ਕੇ ਸਰਨ ਜਰਾ ਕੋ ਵੇ ਤੇ ਜੱਟ ਖਰਬੂਜਾ ਉਡਾਰੀ ਬਣ ਨਿਆਣੇ ਨੂੰ, ਉਹ ਨਿਆਣੇ ਨੂੰ ਖਰਬੂਜਾ ਲਿਖਾ ਗਏ। ਉਹ ਨਿਆਣਾ ਵੀ ਇਹਦਾ ਜੱਟਾਂ ਨੂੰ ਤੇ ਜੱਟ ਵੇਖਦਾ ਨਿਆਣਿਆਂ ਨੂੰ। ਉਹ ਬੜੀਆਂ ਬਥੇਰਾ ਕਹਿੰਦੇ ਮੇਰੇ ਬੇਟਾ ਇੱਧਰ ਰਾਹੋ ਇੱਧਰ ਰਾਹੋ ਇੱਧਰ ਰਾਹੋ। ਉਹ ਖੈਰ ਗੁਰੂ ਕੀ ਸੰਗਤ ਉਹ ਬੱਚਾ ਲਾ ਗਿਆ ਤੇ ਜੱਟ ਨੇ ਮਾਰੀ ਕਾਜ, ਕਹਿੰਦਾ ਬੇਟਾ ਇੱਧਰ ਆਓ ਇੱਧਰ ਆਓ ਕਾਕਾ ਇੱਧਰ ਆਓ ਖਰਬੂਜਾ। ਹੁਣ ਖਾਲਸਾ ਜੀ ਉਹਨਾਂ ਦੇ ਉੱਤੇ ਜਾਣਾ ਜਿੱਥੇ ਖਰਬੂਜਾ, ਖੈਰ ਗੁਰੂ ਕੀ ਸੰਗਤ ਆਜ ਖਰਬੂਜੇ ਨੂੰ ਪਈ ਮਾਇਆ ਦਿੰਦੀ ਨਾ ਸਗਲ ਕਹਿੰਦੀ ਦਾਓ ਬਈ ਦਾਓ ਬਈ ਆ ਜਾਓ ਬਈ ਆਪਾਂ ਵੀ ਲਾ ਲਈਏ। ਤੇ ਇਸ ਕਰਕੇ ਸੈਕਟਰੀ ਸਾਹਿਬ ਨੂੰ ਮੈਂ ਇਸ ਕਰਕੇ ਕਹਿੰਦਾ ਵੀ
ਇਹ ਬੜੇ ਖੁਸ਼ ਹੁੰਦੇ ਨੇ, ਹੋਣਾ ਵੀ ਚਾਹੀਦਾ ਕਹਿੰਦੇ ਭਾਈ ਨਾਮੀ ਜੋ ਦੇਵੇ ਖੁਦਾਏ ਪੋਤਾ ਨਾ ਰੱਖੇ ਅਕੇਲਾ ਨਾ ਖਾਏ। ਬੜੀਆਂ ਬੜੀਆਂ ਪੈਸੇ ਦੇ ਨਾਲੋਂ ਆਪ ਸਾਰੇ ਜਾਣਦੇ ਹੋ ਬੜੇ ਉਤਾਰ ਚੜਾਵਾ ਏ, ਇਹਨਾਂ ਉਤਾਰ ਚੜਾਵਾਂ ਦੇ ਵਿੱਚ ਇਹ ਗੁਰੂ ਘਰ ਬਣਨਾ ਇਹ ਸਤਿਗੁਰੂ ਨਾਨਕ ਸਾਹਿਬ ਦੀ ਕਿਰਪਾ, ਗੁਰੂ ਨਾਨਕ ਸਾਹਿਬ ਦੀ ਕਿਰਪਾ। ਤੇ ਮੇਰੇ ਕੋਲ ਕੋਈ ਸ਼ਬਦ ਨਹੀਂ, ਮੈਂ ਇੱਕ ਵਾਰੀ ਫਿਰ ਇਸ ਕਮੇਟੀ ਦਾ ਵੀ ਤੇ ਮੈਂ ਸਾਰਿਆਂ ਦਾ ਮੈਂ ਧੰਨਵਾਦ ਕਰੂੰਗਾ ਤੁਹਾਡਾ, ਜਿਸ ਦਿਨ ਗੁਰੂ ਘਰ ਪੂਰਾ ਕੰਪਲੀਟ ਹੋ ਕੇ ਤੇ ਮਾਰਗ ਪ੍ਰਕਾਸ਼ ਹੋ ਜਾਣਗੇ, ਉਹਨਾਂ ਫੁੱਲਾਂ ਦੀ ਮਾਫ਼ੀ। ਤੇ ਇੰਨੇ ਸ਼ਬਦ ਪ੍ਰਵਾਨ ਸਤਸੰਗ ਜੀ ਸਮਾਂ ਕੋਈ ਥੋੜ੍ਹਾ ਜਿਹਾ ਜ਼ਿਆਦਾ ਲੱਗ ਗਿਆ, ਲੱਗ ਜਾ ਕਰਦਾ ਖੈਰ। 9 ਤਰੀਕ ਨੂੰ ਸੈਕਟਰੀ ਸਾਹਿਬ ਜੀ ਇਹਨਾਂ ਨੂੰ ਜਿੰਨੇ ਕਹਿਣਾ ਨੇ ਉਹਨੇ ਤਾਂ ਦਿੰਦੇ ਨੇ, ਬੋਲੋ ਪੈਸਾ ਦੀ ਗੱਲ ਨਹੀਂ ਹੈ, ਜਾਣ ਵੀ ਦੇਣ ਨੂੰ ਤਿਆਰ ਨੇ। ਸੰਗਤ ਜਿਹੜੀ ਪ੍ਰੇਮ ਦੀ ਸੰਗਤ ਹੀ ਅੱਜ ਤਾਰੂ ਸਿੰਘ ਪੈਦਾ ਕੀਤਾ ਸੀ, ਸੰਗਤ ਹੀ ਅੱਜ ਦੀ ਸੇਵਾ ਕਰਕੇ ਗੁਰੂ ਅਮਰਦਾਸ ਜੀ ਨਾਲ ਗੁਰੂ ਪੰਗਤ ਨਾਲ ਜੀ ਨੂੰ ਪੜ੍ਹ ਕੇ ਵਿੱਚੋਂ ਸੰਗਤ ਜਿਹੜੇ ਭਾਈ ਮਣੀ ਸਿੰਘ ਵਰਗੇ, ਸੰਗਤ ਰੱਬ ਹੈ, ਰੱਬ ਰੱਬ ਵਿੱਚ ਸੰਗਤ ਹਰ ਪ੍ਰਭ ਵਸੇ ਜੀ। ਹੁਣ ਅਰਦਾਸ ਤੇ ਮੇਰੇ ਖਿਆਲ ਹੈ ਕਿ 9 ਤਰੀਕ ਨੂੰ ਇੱਕ ਦਿਨ ਦਾ ਮਾਣ